ਉਹ ਆ ਮੱਕੜੀਆਂ ਇਆਂ ਕਿੱਥੋਂ ਆ ਗਈਆਂ ਸ਼ਟ ਯਾਰ ਮੇਰੇ ਫੋਨ ਨੇ ਮੈਨੂੰ ਕੰਡੇ ਮਾਰੇ ਓਏ ਉਹ ਕੰਡੇ ਮਾਰੇ ਤੇਰੀ ਭੈਣ ਚੱਲ ਚੱਲ ਖਮਕਾਰ ਇੱਕ ਤਾਂ ਬਾਬੇ ਨੰਬਰ ਕੁੱਟਣ ਨੂੰ ਜਾਂਤਾਂ ਨੂੰ ਬੜੀ ਬਮਾਰ ਇਸ ਤਪੂ ਕਾ ਪਾਪਾ ਜੀ ਦਾ ਬਹੁਤ ਔਖੀ ਗੇਮ ਹੈ ਆ ਤੇਰੀ ਭਾ ਨੂੰ ਕਮਾਈ ਮਸ਼ੀਰ ਆ ਤੇਰੀ ਜੀ ਗਲੇਲ ਖਿੱਚਦੀ ਕੁੜੀ ਨੇ ਪੱਛੇ ਨੂੰ ਆ ਕਮਾਗ ਜੇ ਅੰਬ ਗੇ ਹਾਲ ਤੇ ਲੈ ਮੇਟਰ ਵੈਲਕਮ ਬੈਕ ਬਾਈ ਜੀ ਸਾਰੇ ਦਾ ਪੋਬਾ ਚਿਤ ਕਰਦੇ ਹਾਂ ਹੋਪ ਸਾਰੇ ਮੇਰੇ ਵੀਰ ਚੜ੍ਹਦੀ ਕਲਾ ਚ ਹੋਵਾਂਗੇ ਸੋ ਮਿੱਤਰੋ ਵੈਲਕਮ ਬੈਕ ਬਾਈ ਜੀ ਰੈਸੀਡੈਂਟ ਈਵਲ 4 ਰੀਮੇਕ ਦੇ ਅਗਲੇ ਐਪੀਸੋਡ ਦੇ ਵਿੱਚ ਪਤਾ ਨਹੀਂ ਕਦੋਂ ਮੁੱਕਣੀਆਂ ਬਾਈ ਜੀ ਸਾਡਾ ਕੰਮ ਹੈ ਖੇਡਣਾ ਮੈਨੂੰ ਲੱਗਦਾ ਮੁੱਕ ਤਾਂ ਜਾਣੀ ਚਾਹੀਦੀ 12-13 ਚੈਪਟਰ ਹੋ ਗਏ ਹੋਰ ਸਾਲਿਆਂ ਨੇ 100 ਚੈਪਟਰ ਰੱਖਿਆ ਹੋਣਾ ਸੋ ਜਿਨ੍ਹਾਂ ਜਿਨ੍ਹਾਂ ਨੇ ਵੀ ਸਬਸਕ੍ਰਾਈਬ ਕੀਤਾ ਉਹਨਾਂ ਦਾ ਥੈਂਕ ਯੂ ਸੋ ਮੱਚ ਪਾਣੀ ਦੀਆ ਬੋਤਲਾ ਕੋਲ ਰੱਖ ਲੈਣੀਆਂ ਚਾਹੀਦੀਆਂ ਬਾਈ ਜੀ ਮਾਤਾ ਚੱਲ ਜੀਰਾ ਪਾਵਾ ਤਾਂ ਘੜ ਗੜ ਜਾਣਾ ਸੁੱਕੇ ਉਕੇ ਭਾਈ ਆਪਣਾ ਕੰਮ ਹੀ ਬੋਲਣ ਦਾ ਆ ਲੁੱਤਰੋ ਚੱਲੂਗੀ ਤਾਂ ਵੀ ਉਹ ਆਉਣਗੇ ਨਹੀਂ ਤਾਂ ਗੇਮਾਂ ਤਾਂ ਸਾਰੇ ਖਿੱਡੀ ਜਾਂਦੇ ਆ ਸੋ ਠੀਕ ਹੈ ਮਿੱਤਰੋ ਥੈਂਕ ਯੂ ਯਾਰ ਜਿਹੜੇ ਵੀ ਭਰਾ ਕਮੈਂਟ ਕਰਦੇ ਬਾਈ ਜੀ ਬਹੁਤ ਬਹੁਤ ਧੰਨਵਾਦ ਕਮੈਂਟ ਮੈਂ ਸਾਰੇ ਪੜਦਾ ਲਾਈਕ ਕਰਕੇ ਛੱਡ ਦਿੰਨਾ ਹੁੰਨਾ ਹਾਰਟ ਭੇਜਦਾ ਹੁੰਨਾ ਹਾਰਟ ਹੈਨਾ ਸੋ ਯਾ ਪੜਦਾ ਤਾਂ ਮੈਂ ਸਾਰੇ ਹੁੰਨਾ ਜੇ ਰਿਪਲਾਈ ਕਰੋ ਤਾਂ ਮੈਂ ਰਿਪਲਾਈ ਵੀ ਕਰ ਦਿਆ ਕਰੂੰਗਾ ਪਰ ਉਹਤੇ ਰਿਪਲਾਈ ਕਰਨਾ ਥੋੜਾ YouTube ਤੇ ਔਖਾ ਪਤਾ ਲੱਗਦਾ Insta ਤੇ ਤੁਸੀਂ ਆ ਸਕਦੇ ਸੋ Insta ਦੀ ਆਈਡੀ ਹੈਗੀ monster sidhu_yt ਇੱਥੇ ਕਿਤੇ ਲੇਖ ਵੀ ਦਊਗਾ ਜੇ ਮੇਰੇ ਐਡੀਟ ਚ ਮੈਨੂੰ ਲਿਖਣੀ ਆ ਗਈ ਨਾ ਡਿਸਕ੍ਰਿਪਸ਼ਨ ਦੇ ਵਿੱਚ ਤਾਂ ਪੱਕੀ ਹੋਊਗੀ ਬਾਕੀ ਆ ਬਾਅਦ ਬਾਤ ਥੈਂਕ ਯੂ so much ਜਿਨ੍ਹਾਂ ਜਿਨ੍ਹਾਂ ਨੇ ਵੀ ਸਬਸਕ੍ਰਾਈਬ ਕੀਤਾ ਬਾਕੀ ਮੇਰੇ ਭਰਾ ਕਰ ਦੋ ਸ਼ੇਅਰ ਜ਼ਰੂਰ ਕਰੋ ਐਡੀਟਰ ਸਾਹਿਬ ਆ ਜਾਓ ਫਿਰ ਐਡੀਟਰ ਸਾਹਿਬ ਦੱਸਣਾ ਪਿਆ ਨਾ ਸੱਚਾ ਭਲਾ ਮਾਰਦੇ ਨੇ ਬਾਅਦ ਚ ਹਾਂ ਬਾਬੇ ਪਤਾ ਨਹੀਂ ਕੀ ਚੱਕਰ ਹੈ ਐਜਲੀ ਤੁਹਾਨੂੰ ਪਤਾ ਲਾਸਟ ਐਪੀਸੋਡ ਦੇ ਵਿੱਚ ਆਪਾਂ ਨੂੰ ਮਿਲ ਚੁੱਕੀ ਆ ਕਸਟਮਾਈਜ਼ਰ ਕਿ ਯੂ ਕੈਨ ਚੇਂਜ ਅਟੈਚ ਕੀ ਹੈ ਉਸ ਵਜੋਂ ਅਚਾਨਕ ਉਸ ਇਫ ਯੂ ਸਨੀਕ ਬਿਹਾਈਂਡ ਐਨ ਐਨਮੀ ਯੂ ਹੈਵ ਅ ਨਾਈਫ ਯੂ ਕੈਨ ਟੇ ਓ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਸਾਲੇ ਹੁਣ ਦੱਸਣ ਲੱਗੇ ਸੋ ਲੋ ਵੀ ਮਿੱਤਰੋ ਆਪਣਾ ਲਿਓਨ ਬਗਦੁੱਲਾ ਚੀਅਰ ਟੈਬ ਹੈ ਜਿਹਨੂੰ ਨਵਾਂ ਨਾਮ ਮਿਲਿਆ ਕਹਿੰਦੇ ਮਾਨ ਤਾਨ ਬਖਸ਼ਿਆ ਗਿਆ ਲੋਕਾਂ ਵੱਲੋਂ ਲਿਓਨ ਉਹ ਕਹਿੰਦੀ ਲਿਓਨ ਓ ਕਹਿੰਦਾ ਸੌਰੀ ਸੌਰੀ ਮੈਂ ਲੇਟ ਹੋ ਗਿਆ ਨਹੀਂ ਨਹੀਂ ਕਹਿੰਦੀ ਕਹਿੰਦੀ ਥੈਂਕ ਯੂ ਕਹਿੰਦੀ ਤੂੰ ਮੈਡੀਸਨ ਟਾਈਮ ਤੇ ਲੈ ਕੇ ਪਹੁੰਚ ਗਿਆ ਕਹਿੰਦੀ ਤੂੰ ਖੜੀ ਹੋ ਸਕਦੀ ਆ ਕਹਿੰਦੀ ਲੂਇਸ ਕਿੱਥੇ ਆ ਇਸ ਵਰਡ ਅਬਾਊਟ ਯੂ ਕਹਿੰਦਾ ਉਹ ਬਹੁਤ ਟੈਨਸ਼ਨ ਹੈ ਤੇਰੇ ਚ ਅਖੀਰ ਤੱਕ ਕਹਿੰਦਾ ਤੇਰੀ ਟੈਨਸ਼ਨ ਲੈਂਦਾ ਰਿਹਾ ਉਹ ਓਏ ਹੋਏ 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 ਮੇਰੇ ਸਾਲੇ ਦੀ ਲਪੈਸਟਿਕ ਨਹੀਂ ਹਿੱਲੇ ਹੀ ਹਜੇ ਤੱਕ ਇਹਦੇ ਬਈ ਅੱਡਾ ਇਹਦਾ ਟੁੰਬੜ ਤੰਬੜ ਹੋ ਗਿਆ ਕਹਿੰਦਾ ਆਪ ਕੋ ਟਾਈਮ ਹੈ ਨਹੀਂਗਾ ਚੱਲ ਛੇਤੀ ਚੱਲ ਗਈ ਕਹਿੰਦਾ ਕਹਿੰਦੀ ਚੱਲ ਫੋਰ ਲੂਜ਼ ਲਈ ਕਰ ਦਿਆ ਹੋ ਆਪਣੇ ਲਈ ਨਾ ਕਰੀ ਲੱਗਦੀ ਲੂਜ਼ ਉਹ ਫੋਨ ਆ ਗਿਆ ਓਏ ਇਹ ਰੱਖ ਮੈਂ ਕਹਿੰਦੀ ਇਹ ਡਾਕ ਮੈਂ ਕਹਿੰਦੀ ਲਾਵੇ ਕਹਿੰਦੀ ਆਪਾਂ ਰਿਮੂਵ ਪੈਰਾਸਾਈਟ ਕਰਨੇ ਆ। ਕਹਿੰਦਾ ਉੱਥੇ ਤਾਂ ਬਹੁਤ ਕ੍ਰੇਜੀ ਹੰਚਾ ਹੈ। ਕਹਿੰਦੀ ਮੋਸਟ ਇੰਪੋਰਟੈਂਟ ਫੈਸਿਲਿਟੀ ਹਾਉਸ ਇਨ ਦੀ ਕਹਿੰਦੀ ਸੈਂਚਰੀ ਦਾ ਟਾਪ ਆਫ ਮਾਊਂਟੇਨ। ਕਹਿੰਦੀ ਮੈਂ ਉੱਥੇ ਦੇਖੀ ਸੀਗੀ। ਕਹਿੰਦਾ ਐਡਾ ਆਦਾ ਐਨਸਾਈਕਲੋਪੀਡੀਆ ਇਹ ਕੀ ਹੁੰਦਾ? ਵਿਕੀਪੀਡੀਆ ਐਨਸਾਈਕਲੋਪੀਡੀਆ ਭਾਂਡ ਭਰਾਈ ਆ ਕਹਿੰਦੀ ਹੈਪੀ ਟੂ ਹੈਲਪ। ਕਹਿੰਦੀ ਨਾਓ ਜੂ ਓ ਮੀ। ਕੱਟ ਦੀ ਟੈਬ ਟੂ 뷰 ਫਾਈਲ। ਅੱਛਾ ਇਹਦਾ ਪਹਿਲਾ ਖੋਲਦਿਆਂ ਐਡੀ ਐਡੀ ਭਰਾ ਪੜਨ ਹਿੰਮਤ ਹੈ ਨਹੀਂ ਸਾਡੇ ਚ ਅੱਛਾ ਆਪਣੇ ਕੋਲ ਹੁਣ ਕੀ ਕੀ ਹੈਗਾ ਪਸਟਾਲ ਆਪਣਾ ਟੁੱਟ ਗਿਆ ਈ ਦੋਸ ਕੋਪ ਆਇਆ ਆ ਸਕੋਪ ਕਿਹਦੇ ਤੇ ਲਾਈਏ ਅੱਛਾ ਆ ਇਹਦੇ ਤੇ ਲੱਗੀ ਠੀਕ ਆ ਮੈਂ ਸਾਲਾ ਅਖਰੇ ਪੜੀ ਜਾਂਦਾ ਕਿ ਸਟਿੰਗ ਗਰੇ ਕਿਹੜੀ ਹੋਈ ਆਹੋ ਹੋ ਦੇ ਨਾ ਭਾਜੀ ਆਪਾਂ ਫੁਸ਼ ਫੁਸ਼ ਕਰ ਸਕਦੇ ਨੇੜੇ ਦੂਰ ਨੇੜੇ ਦੂਰ ਕਰਕੇ ਗੋਲਾ ਮਾਰ ਸਕਦੇ ਹਾਂ ਇੱਕ ਨੰਬਰ ਆਪਣਾ ਮਾੜੀਆਂ ਬੋਲਟਾਂ ਚੈੱਕ ਕਰ ਲਈਏ ਮੁੰਡਿਓ ਅਸਲੇ ਨੂੰ ਤੇਲ ਤੂ ਲੈਣਾ ਪੈ ਜਾ ਹੁੰਦਾ ਤਿੰਨ ਨੰਬਰ ਤੇ ਸ਼ਾਟਗਨ ਸ਼ਾਟਗਨ ਖਾਲੀ ਪਈ ਆ ਚਾਰ ਨੰਬਰ ਤੇ ਆ ਪਈਆ ਪੰਜ ਨੰਬਰ ਤੇ ਬਰੀ ਪਈਆ ਬਾਈ ਜੀ 6 ਨੰਬਰ ਤੇ ਆ ਪਈਆ 7 ਨੰਬਰ ਤੇ ਇਹ ਵੀ ਭਰੀ ਪਈਆ ਸੋ ਲਾ ਵੀ ਮਿੱਤਰੋ ਕਰਦੇ ਆ ਅਗਲੀ ਕਾਰ ਬਾਈ ਚੱਲ ਗਏ ਫਿਰ ਤੇਰੀ ਪੈਨੂ ਪੀਪੇ ਬਾਇਕ ਤੇ ਰਾਹੇ ਨਹੀਂ ਚੱਲੇ ਸੀ ਚੰਦਰਓ ਹਾਏ ਵਾਹ ਇਹਨੂੰ ਵੀ ਪਾਣ ਸਾਲੇ ਨੂੰ ਸਿਆਕਲਾ ਸਾਰਾ ਸਮਾਨ ਬਾਬੇ ਕ੍ਰਿਸਟਲ ਓਰੀ ਓ ਓਰੀ ਉਹ ਨਹੀਂ ਹੋ ਰਹੀ ਹੈ ਜਿਹੜਾ ਐ ਕਰਕੇ ਖੜਦਾ ਸਾਲਾ ਕੱਚ ਜੀ ਦੇ ਹੱਥ ਪਾ ਕੇ ਉਹ ਵਾਲਾ ਓਰੀ ਸੀ ਇਹ ਵੀ ਵਰ ਇਨ ਪ੍ਰिजन ਵਿਦਾਊਟ ਅ ਵਾਰਨਿੰਗ ਵਨ ਟੇਕ ਅ ਨੈਕਸਟ ਰੂਮ ਛਾੜ ਗਿਆ ਯਾਰ ਯਾਰ ਲਾਰਡ ਸੈਟਲਰ ਦੀਆਂ ਤਰੀਫਾਂ ਕਰੀ ਜਾਂਦੇ ਜਿਹੜੀ ਸਾਲਾ ਗੇਮ ਦਾ ਮੇਨ ਵਿਲਨ ਜਿਹਾ ਆ ਭਾਈ ਜਮਕੀਲਾ ਮੂਵੀ ਕਨੇ ਕਨੇ ਦੇਖ ਲਈ ਬੜੀਆ ਕੰਮ ਕੀਤਾ ਹਨਾ ਵੈਸੇ ਆਈ ਲਾਈਕ ਆਈ ਲਾਈਕ ਇੱਕ ਮਿੰਟ ਇੱਥੇ ਕੋਈ ਰੈਰੂ ਤਾਂ ਨਹੀਂ ਗਿਆ ਕਡ ਯੂ ਗਿਵ ਮੀ ਅ ਬੂਸਟ ਬੂਸਟ ਨੂੰ ਸਾਲੀਆ ਤੈਨੂੰ ਬੂਸਟ ਪਲਾ ਦੇਵਾਂ ਪੂਰਾ ਜੋਰ ਲਾਏ ਤੇ ਹੋਲੀ ਮੈਂ ਕਹਿੰਦਾ ਇੱਥੋਂ ਦਾ ਯਾਰ ਮੈਂ ਸਾਰਾ ਸਮਾਨ ਸੂਨ ਲੈ ਗਿਆ ਓਏ ਛੁਕਰਾ ਖੋਲੇ ਆ ਜਾ ਫਿਰ ਮੈਨ ਲਾਦਾ ਮਿੱਤਰੋ ਉਹੀ ਆ ਜਿੱਥੇ ਦੋ ਬੰਦਿਆਂ ਦੀ ਉਹ ਤੇ ਜਗ੍ਹਾ ਚਾਹੀਦੀ ਸੀਗੀ ਇੱਥੋਂ ਹੀ ਜਾ ਹੁਣਾ ਆ ਆ ਜਾ ਦੇਖੀ ਜੰਦਰੀ ਨੂੰ ਬੂਟ ਦੇ ਲਈ ਪਾਣੀ ਕਿਹ ਕੇ ਮਾਰਨੀ ਹੈ ਕਿਹ ਕੇ ਮਾਰਨੀ ਜਾ ਪੋਫਟਰ ਦਾਬ ਅਬੇ ਤਖੜੀ ਆ ਪ੍ਰੈਜ਼ੀਡੈਂਟ ਦੀ ਕੁੜੀ ਐ ਵੀ ਲੋਲੇ ਯਾਰ ਕੀ ਨੀਗੀ ਤਖੜੀ ਜਵਾਨ ਐ ਚੰਦਰੀ ਖੋਲ ਦੇ ਸਾਲੀਏ ਕੁੰਡਾ ਨਹੀਂ ਮੈਂ ਅੱਡੀ ਗੀ ਤਲਕ ਕੇ ਠਹਿ ਖੁੱਲ ਲੈ ਸੱਬਲ ਜੀ ਪਸਾਈ ਜੋ ਸੀ ਚੱਲ ਯਾਨੀ ਮਾਸਟਰ ਆਫ ਅਨਲੋਕਿੰਗ ਆਹੋ ਆਹੋ ਤੇਰਾ ਮੂੰਹ ਭਾਣਾ ਬਾਬੇ ਮੋਰਿਆ ਉਹਨੇ ਚਾਚਾ ਖੜਾ ਹੀ ਚਾਚੇ ਦੇ ਕੋਲ ਜਾ ਕੇ ਹਥਿਆਰ ਇਕੱਠੇ ਕਰ ਲੈ ਰਿਸੋਰਸ ਮਿਲ ਗਿਆ ਬਹੁਤ ਹੀ ਸ਼ਾਨਦਾਰ ਮੈਂ ਕਿਹਾ ਬਹੁਤ ਹੀ ਸ਼ਾਨਦਾਰ ਗੇਮ ਚੱਲ ਰਹੀ ਆ ਮੁੰਡੇ ਕੁੜੀਆਂ ਖੜ ਖੜ ਕੇ ਦੇਖਣ ਦੇ ਨੇ ਤੇ ਆ ਆਪਣੇ ਕੋਲ ਇਧਰ ਹੁਣ ਹੋਰ ਕੁਛ ਕੀ ਹੈਗਾ ਸਬ ਮਸ਼ੀਨਾਂ ਐ ਮੋਰ ਐ ਫੁੱਲੀਆਂ ਐ ਮੋ ਬੋਲਟ ਆ ਬਣਾ ਲੈਨੇ ਆ ਤੁਹ ਮੇਟਰੋ ਮੈਨੂੰ ਲੱਗਦਾ ਆਪਣੇ ਕੋ ਸਪੋਕਸ ਪੂਕਾ ਕੋ ਜਿਆਦਾ ਹੀ ਆਪਣੇ ਕੋ ਬੱਬੇ ਮਾਲ ਹੋਇਆ ਪਿਆ ਮੈਨੂੰ ਲੱਗਦਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਪਰ ਕੋਈ ਗੱਲ ਨਹੀਂ ਜਿੰਨੇ ਰਿਸੋਰਸਸ ਬੱਬੇ ਵੱਧ ਤੋਂ ਵੱਧ ਹੋਣਗੇ ਉਨਾਂ ਹੀ ਆਪਾਂ ਨੂੰ ਜਿਆਦਾ ਫਾਇਦਾ ਹੋਊਗਾ ਮਲਦੇ ਆ ਚੰਦਰੇ ਚਾਚ ਓਏ ਡਿਸਟਰੋਇ ਆਲ ਬਲੂਮ ਡਾਲੇਨ ਕਾਰਗੋ ਡੀਪੂ ਬੇਰਦਾ ਫੱਕ ਇਸ ਕਾਰੋਡੀਪੂ ਓਕੇ 1 2 3 4 5 6 ਠਾ 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 ਬੱਬੇ ਪਹਿਲਾ ਚਾਚੇ ਦਾ ਕਮਰਾ ਫਰੋੜਾ ਇਹਦੀ ਭੈਣ ਨੂੰ ਬਹੁਤ ਮਾਲ ਰੱਖ ਕੇ ਬੈਠਾ ਹੁੰਦਾ ਹੈ ਮੈਂ ਹਾ ਜੂ ਲੈ ਕੇ ਚਾਚਾ ਤੇਰੀ ਤਾਂ ਬਾਈ ਜ਼ਹਿਰ ਦਿੱਤੀ ਉਹ ਵੀ ਉਹ ਕਰ ਲਈ ਹਾਂਜੀ ਆਉਣ ਦਿਓ ਬਾਬੇ ਬਰੋਕਨ ਬਟਰਫਲਾਈ ਆ ਵੀ ਸਪੇਸ ਹੈ ਨਹੀਂਗੀ ਕੇਸ ਅਪਗ੍ਰੇਡ 64000 ਦਾ ਕੇਸ ਅਪਗ੍ਰੇਡ ਹੁੰਦਾ ਮੈਂ ਕਹਿੰਦਾ ਕੇਸ ਅਪਗ੍ਰੇਡ ਕਰਾਉਨੇ ਆਪਾਂ ਪਹਿਲਾਂ ਪਹਿਲਾਂ ਆਪਣੇ ਕੋਲ ਦੇਖਦੇ ਆਂ ਵਿਚਣ ਨੂੰ ਕੀ ਕੀ ਰੇਂਜ ਮੈਂ ਸਰਚ ਮਾਰਨਾ ਆ ਵੀ ਮੈਂ ਸਰਚ ਮਾਰਨਾ ਆ ਤਾਂ ਰੱਖ ਦੇ ਬਾਬੇ ਇਹ ਦੇ ਚੱਕ ਰੈੱਡ ਬੈਰਲ ਰੱਗ ਸਕਦੀ ਜਾਂ ਪਹਿਲਾਂ ਆਹ ਵਿੱਚਾ ਉੱਪਰਲੇ ਇਹਨੂੰ ਕੋ ਗਲਤ ਮਲਤ ਮਾਰਨਾ ਵੇਚ ਦਵਾ ਹਾਏ 55 ਹੀ ਹੋਇਆ ਉਪਰਾਵਾ ਨਹੀਂ ਮਾਰਦਾ ਤੂੰ ਮੇਰੀ ਇੰਨੀ ਟੈਨਸ਼ਨ ਕਾਦੇ ਲੈਂਦਾ ਚਾਚਾ ਹੈ ਵੈਸੇ ਕੀ ਅੰਦਰ ਆਖਾ ਸਮਨ ਖਣਾ ਤੇ ਬਣ ਜਲ ਜਾਣਾ ਜੋਗਾ ਇਨਹੇਲ ਜਮਸਟੋਨ ਹ ਇੱਕ ਜਮਸਟੋਨ ਹੋਰ ਚਾਹੀਦਾ ਆ ਕੀ ਤੇ ਮਿੰਗਾ ਵੇਖ ਜਾਣਾ ਦੇਖਾ ਹੁਣ ਕਿੰਨੇ ਦਾ ਵੇਖਦਾ ਚੈਲੰਜ ਅਨਾਉਂਸਮੈਂਟ ਹਲਕਾ ਹੀ ਵੇਖਦਾ ਆ ਤੇਨੂੰ ਵੀ ਆਪਾਂ ਨੂੰ ਉਹ ਚਾਹੀਦਾ ਮਾਲ ਬਹੁਤ ਚਾਹੀਦਾ ਟ੍ਰੇਡਨ ਕੀ ਆ ਬਰਾਵਾ ਖੇਬੜ ਦਾ ਕਹਤੇ ਆ ਬਾਬੇ ਜਿਹੜੀ ਉਹ ਇੱਕ ਚੀਜ਼ ਲਈ ਸੀ ਨਾ ਉਹ ਬਹੁਤ ਵਧੀਆ ਹੋਇਆ ਪਨਿਸ਼ਰ ਦਾ ਹੈਂਡ ਗਨ ਦਾ ਟ੍ਰੇਡ ਐਕਸਲੈਂਟ ਪ੍ਰਿੰਟਰ ਵਿਦ ਲੋ ਕੋਇਲ ਹੀ ਚਾਹੀਦੀ ਯਾਰ ਮੈਨੂੰ ਸਾਈਵਾ ਦੇ ਹਾ 64 ਬਣ ਗਿਆ ਬਾਬੇ ਦੇਖਿਆ ਸਾਲਾ ਐਨੀ ਵੀ ਨਾ ਯਾਰ ਗੇਮ ਔਖੀ ਬਣਾਉਗੀ ਸਾਲੇ ਬੰਦੇ ਨੂੰ ਰੁਪਈਏ ਰੁਪਈਏ ਦਾ ਹਿਸਾਬ ਰੱਖਣਾ ਬਾਬੇ ਚੱਲ ਹੁਣ ਆਪਣੇ ਕੋਲ ਜਗ੍ਹਾ ਤਾਂ ਹੋ ਗਈ ਆ ਉਹ ਚੱਲ ਓਏ ਚਾਚਾ ਤੂੰ ਤਾਂ ਲੁੱਟ ਕੇ ਖਾ ਗਿਆ ਈ ਥਾਲਿਆ ਬਾਬੇ ਹੁਣ ਆਪਾਂ ਨੂੰ ਉਹ ਬਲੂ ਮਡਲੀਅਨ ਪੰਣਨੇ ਪੈਣੇ ਕਿਉਂਕਿ ਮੈਨੂੰ ਪਨਿਸ਼ਰ ਗਨ ਚ ਆਈ ਦੀ ਆ ਮੌੱਚ ਦੇਖਤਾ ਮੌਤ ਪਾਉਂਦੀ ਕਾ ਨਹੀਂ ਹੈ 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 ਲਓ ਵੀ ਮਿੱਤਰੋ ਆਪਾਂ ਬੈਕ ਟੂ ਗੇਮ ਆ ਗਏ ਆ ਜੀ ਭੈਣ ਨੂੰ ਬਾਬਾ ਬਹੁਤ ਆਪਾਂ ਉੱਥੇ ਦਿਮਾਗ-ਦਮੂਗ ਲਾ ਲਿਆ ਕੋਈ ਗੱਲ ਨਹੀਂ ਨੱਕ ਦਿਮਾਗ-ਦਮੂ ਤਾਂ ਲਾਉਣਾ ਪੈਂਦਾ ਤੇਰੀ ਮਾਂ ਨੂੰ ਕਹੂੰ ਆ ਇਹਦੀ ਭੈਣ ਗੋਲੀ ਛੇਤੀ ਤਾਂ ਨਹੀਂ ਮਾਰਦੀ ਮੈਂ ਲਾਦਾ ਪੰਗਾ ਲੈ ਲਿਆ ਗੋਲੀ ਚਲਾ ਕੇ ਬਟ ਕੋਈ ਗੱਲ ਨਹੀਂ ਇੱਕ ਬਾਬੇ ਹੋ ਰਿਆ ਚੱਕ ਇੱਕ ਬਲੂ ਮੜਾਲੀ ਆ ਤਾਂ ਸਾਰੇ ਮੜਾਲੀਨ ਬਾਬਾ ਜੀ ਭੰਨ ਕੇ ਜਾਣੇ ਆ ਓਏ ਕਿਥੇ ਵੀ ਕਹਿੰਦੇ ਆ per the puck is ek minute khada t acha upper le floor te aa oh i got it i got it i understand i understand everything do whatever you want to do it to take nothing mess up time don't trust me i'll, I'll beat you well beat your ass of a fucking ass see see my english very posh oh dekh aa ah, dekhi chhad da nishana hun e eh.

ਆ ਭਾਜੀ ਇਹ ਕਿਹੜੀ ਭਾਜਾ ਬੋਲਦੇ ਤੁਸੀਂ ਹੈ ਹੈ ਆ ਦੇਖੋ ਤੁਹਾਡੇ ਸੂਪਲੈਕਸ ਵੱਜਦੀ ਚੱਕ ਭਾਜੀ ਤੋੜਤੀ ਕਿ ਨਹੀਂ ਤੁਹਾਡੀ ਤੋਂ ਉਹ ਬਾਬੇ ਆ ਨਹੀਂ ਮਾਰਿਆ ਕਾ ਨਹੀਂ ਯਾਰ ਉਹਦਾ ਤਾਂ ਧੋਣੀ ਮੁੜ ਜਾਂਦੀ ਆ ਆਈ ਆਈ ਇਹ ਮੇਰੇ ਸਾਲੇ ਦਾ ਕਿਹੜਾ ਮਿੱਥੂ ਨੀ ਚੱਕਰ ਵਰਤੀ ਬਣਿਆ ਪਿਆ ਓਏ ਓ ਦੇ ਮਡਾਲੀਆ ਬਾਬੇ ਦੇਖ ਐਦਾ ਸਿੱਧਾ ਹੀ ਠੋਕਦਾ ਸਦਾ ਹੀ ਉਹ ਬੰਬਲੀ ਖੜਾ ਮੇਰੇ ਸਾਲੇ ਜਦਾ ਕੱਚਾ ਪਾੜਦਾ ਚੱਕ ਤੇਰੀ ਮੰਨ ਤੇਰੀ ਨੂੰ ਡੋਨਟ ਟੈਲ ਮੀ ਆਈ ਡੋਨਟ ਹੈਵ ਬੁਲਟ ਆਈ ਬੋ ਆਈ ਡੋਨਟ ਹੈਵ ਬੁਲਟ ਆਈ ਡੋਨਟ ਹੈਵ ਬੁਲਟ ਆਈ ਡੋਨਟ ਹੈਵ ਅ ਬੁਲਟ ਫੜ ਜਾ ਓਏ ਖਾਈ ਖਾਈ ਕਸੋਨ ਇਸਕੇ ਮਾਰ ਦੋ ਇਸਕੇ ਮਾਰ ਦੋ ਸਾਲੇ ਗੱਲਾ ਕਾੜ ਦੇ ਸਾਲੇ ਦਾ ਚਲੋ ਜੀ ਇਹਦੀ ਪਾੜ ਨੂੰ ਇਹਦੀ ਨੂੰ ਬਾਬੇ ਗੋਲਾ ਆ ਵੀ ਬਹੁਤ ਤਕੜਾ ਹੈ ਬਹੁਤ ਤਕੜਾ ਹੈ ਗੋਲਾ ਆਪਣੇ ਕੋਲ ਕੋਈ ਵੱਜਦਾ ਕੰਮੀ ਕਰ ਦਿੰਦਾ ਮੈਂ ਆਖੀ ਚੜਦੀ ਗਲਾ ਚੰਦਰੀਏ ਤੂੰ ਮੇਰੇ ਇੰਨੀ ਟੈਨਸ਼ਨ ਨਾ ਲਿਆ ਕਰ ਫੇਰ ਨਾ ਕਹੀ ਮੈਂ ਤੇਰੇ ਲਾਡੀ ਲੂਡੀ ਲਾਤੀ ਹਾਂ ਫੇਰ ਕਹੂੰਗੀ ਸਬਿਆਚਾਰਕ ਚੈਨਲ ਤੇਗਾ ਹਾਂ ਇੰਨਾ ਥੋੜੀ ਬਾਬੇ ਲਾੜ ਲੂਡ ਜੰਗਾ ਲੱਗਦਾ ਤਾਂ ਪੰਜੀ ਪੰਜੀ ਮਿੰਟੀ ਪੁੱਛੀ ਜਾਂਦੀ ਆ ਕੀ ਤੂੰ ਠੀਕ ਹੈ ਇੱਕ ਮਿੰਟ ਉਵੇਂ ਜਗਾੜ ਤਾਂ ਆਪਣੇ ਕੋਈ ਨਹੀਂ ਉਹ ਆਪਾਂ ਸਟੋਰੇਜ ਚ ਭੇਜਿਆ ਆ ਜਿਹਦੇ ਨਾਲ ਮੈਨਾਂ ਲੱਗੀਆਂ ਆ ਬਾਬੇ ਚੱਕ 4 5ਵਾਂ ਕਿੱਥੇ ਆ 5ਵਾਂ ਮਡਾਲੀਨ ਹੋ ਰਿਹਾ ਟੀਜੀ ਯਾਨੀ ਕਿ ਉੱਪਰਲੇ ਫਲੋਰ ਤੇ ਆ ਇਧਰੋਂ ਤਾਂ ਮੈਂ ਜਾ ਨਹੀਂ ਸਕਦਾ ਓਏ ਹੋਏ 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 ਬਾਬੇ ਜੇ ਤੁਸੀਂ ਵੀ ਕਹਿੰਦੇ ਹੋ ਯਾ ਕੀ ਕਮੈਂਟਰੀ ਕਰਾਂ ਸਮਝ ਨਹੀਂ ਆਦੀ ਕੋਈ ਗੱਲ ਨਹੀਂ ਦੇਖਿਓ ਪਟਾਕਾ ਪੈਂਦਾ ਬਸ ਦੇਖਿਓ ਹੁਣ ਇੱਕ ਕਮਰੇ ਮੈਂ ਜਾਵਾਂ ਕਿਦਾਂ ਆਵਾਜ਼ ਇੱਥੇ ਡਾਇਮੰਡ ਡਾਇਮੰਡ ਆ ਐਸੇ ਫਲੋਰ ਤੇ ਨਾਲੇ ਇਧਰ ਨੂੰ ਮੜ ਜਾ ਮੁੜ ਕੇ ਕਿੱਥੇ ਆ ਇਹ ਨਾ ਦੀ ਬਰਨ ਦਾ ਸਕੂਲਾ ਬਾਬੇ ਕਿਤੇ ਝੂਟਦਾ ਤਾਂ ਹੈਗਾ ਯਾਰ ਇਦਾਂ ਨਾ ਕਰੋ ਟੀ ਉੱਪਰਲਾ ਫਲੋਰ ਆ ਹੈਗਾ ਗਰਾਉਂਡ ਫਲੋਰ ਇੱਥੇ ਕਿੱਥੇ ਆ ਫੱਕ ਬਾਬੇ ਕੋਈ ਨਹੀਂ ਥੋੜਾ ਸਮੇਂ ਲੱਗ ਸਕਦਾ ਇਹਦੇ ਗਾਰ ਵਿੱਚ ਤਾਂ ਨਹੀਂਗਾ ਉਹ ਤੇਰੀ ਭੈਣ ਦੇਖਿਆ ਬਾਬੇ 골ਡ ਬੈਂਗਲ ਇਹਦਾ ਸਾਲਾ ਬਹੁਤ ਬੈਸਟ ਚੀਜ਼ ਖਰੀਦੀਆਂ ਮੈਂ ਆ ਜਾ ਇਧਰ ਨੂੰ ਆ ਜਾ ਗੁੱਡੀ ਕਾਬਰ ਨਾ ਕਾਬਰ ਨਾ ਆਪਣੇ ਪਿੰਡ ਹੈ ਆਪਣੇ ਪਿੰਡ ਹੈ ਮੁੰਡੇ ਸਾਰੇ ਆਪਣੀਆਂ ਕੋਈ ਨਹੀਂ ਛੇੜਦਾ ਤੈਨੂੰ ਗਾਰ ਕੋ ਦੀਪੂ ਬਾਬੇ ਚੰਗੀ ਤਰ੍ਹਾਂ ਯਾਰ ਗਦਾਬਰੀ ਕਰਨੀ ਪੈਂਦੀ ਆ ਗਦਾਬਰੀ ਹੁੰਦੀ ਗਦਾਬਰੀ ਹੁੰਦੀ ਕਿ ਮਰਦਸ਼ਮਾਰੀ ਹੁੰਦੀ ਆ ਪਤਾ ਨਹੀਂ ਜੋ ਹੁੰਦਾ ਕੁਛ ਤਾਂ ਹੁੰਦਾ ਯਾਰ ਮੈਨੂੰ ਕਿਉਂ ਲੱਗਦਾ ਮੈਨੂੰ ਹਜੇ ਇੱਥੇ ਨਹੀਂ ਸੀ ਆਉਣਾ ਚਾਹੀਦਾ ਉੱਤਰ 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 ਹਜੇ ਇੱਥੇ ਨਹੀਂ ਆਉਣਾ ਹਜੇ ਤਾਂ ਪਿੱਛੇ ਸਮਾਨ ਬਹੁਤ ਪਿਆ ਆਪਣਾ ਆਹ ਹੋਣਾ ਹਜੇ ਤਾਂ ਬਾਬਾ ਜੀ ਪਿੱਛੇ ਵੋ ਪੜਾ ਹੈ ਵੋ ਪੜਾ ਹੈ ਉਸ ਪਰ ਕਿ ਕੁਝ ਜੋ ਤੜਾ ਹੈ ਤੁੰ ਤੁੜ 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 ਤਾਂ ਬੇਲ ਸੱਚੀ ਸੌਂ ਲਗੇ ਗਾਣਾ ਮਾੜਾ ਵੀ ਨਹੀਂ ਆਉਂਦਾ ਧਣ 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 ਤਾੜ ਤਣਾ ਹਤਣ ਧਣ 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 ਤਾੜ ਤੜਾ ਹਤੜ ਟੁਰ 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 ਧਣ ਧੜ ਧਣ 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 ਵਾਦੇ ਕੇ ਇੱਥੇ ਵੀ ਬਾਬਿਓ ਹੋ ਕਹਿੰਦੇ ਸੂਨਾ ਪਿਆ ਕਿਤੇ ਆਹ ਦੇ ਕੇ ਇੱਥੇ ਕਿ ਟ੍ਰੇਜ਼ਰ ਪਈ ਆ ਕਿਤੇ ਇੱਕ ਤੇਆ ਸਾਲੀਏ ਪਰ ਇਹੋ 3 ਗੀ ਯਾਰ ਹੈਗੀ ਵੀ ਇੱਥੇ ਦੀਂਦੀ ਕਾਦੇ ਨਹੀਂ ਉਹ ਦੇ ਉਹ ਦੇ ਉਹ ਕਸਮਾ ਇਹਦੀ ਪੈਨੂ ਦੇ ਕੋ ਹਰ ਉੱਪਰ ਜੀ ਕੋ ਊ ਬਾਬੇ ਅਲੈਗਜ਼ੈਂਡਰਾਈਟ ਮਿਲ ਗਿਆ ਅੱਛਾ ਹੁਣ ਕੀ ਕਰਨਾ ਚਲੋ ਆ ਜਾਓ ਹਾਂ ਠੀਕ ਆਪਾਂ ਸਾਰਾ ਕੁਝ ਲੁੱਟ ਲਿਆ ਮੇਰੇ ਵੀਰੋ ਜੇ ਤੁਹਾਨੂੰ ਥੋੜਾ ਜਿਹਾ ਹਟ ਆਇਆ ਤਾਂ ਕੋਈ ਗੱਲ ਨਹੀਂ ਕੋਈ ਗਾਲੀ ਆਪਣੇ ਘਰ ਵਾਲੀ ਗੱਲ ਹੋਈ ਪਈ ਐ ਹੁਣ ਤਾਂ ਕੋਈ ਗੱਲ ਨਹੀਂ ਕਿਤੇ ਕੋਈ ਗੇਮ ਐ ਕਦੀ ਮਾੜੀ ਮੋਟੀ ਵੀ ਦੇਖ ਲਿਆ ਕਰੋ ਅਜੇ ਤਾਂ ਵਾਜੀ ਡੀਜ਼ਲ ਇੰਜਣ ਸਟਾਰਟ ਹੀ ਹੋਇਆ ਹੁਣੇ ਤੁਸੀਂ ਗੇਮ ਨੂੰ ਜਿਜਗਰੀ ਜਾਂ ਨੇ ਡੋਨਟ ਲੀਵ ਮੀ ਸਾਲੀਏ ਛੇਤੀ ਭੱਜ ਕਮ ਨੀਅਰ ਟੂ ਮੀ ਡੋਨਟ ਅਪ ਸਪਰੈਡ ਅਦਰਵਾਈਜ਼ ਦੇਲ ਈਟ ਯੂ ਗਿਵ ਮੀ ਸਮ ਸਪੇਸ give me so much paise saada ta doobka maar na babbe me aa chad ke jana nahi chahunda itthe aur ya yes yes now i can buy the panishar babbe jiddi cheti main andar tuluch kar ke aaya na kuch bhi ho sakda sega kuch bhi ho sakda si aa ja इतनी दूर क्यों खड़ा है मेरे से मैंने क्या यहाँ पर मुश्क मारा है बम कितने हैं बम दा ओके टाइम चलावांगे ओए को ग जड़ी नई गन मिली वो चला के देखा वो तेरी बहन नु आ गया ओ बमबे ही खा लियो बमबे ही खा लियो मैं खातर तो लापाड़ता था साळियां दा ओ यार लत्त सारेयां दे बजनी थौड़े सारेयां ਦੇਖਿਆ ਦੇਖਿਆ ਤੁਹਾਡੇ ਮੈਂ ਸਰਬਜਨਿਕ ਲੱਤਾਂ ਮਾਰੀਆਂ ਓਏ ਹੋਏ 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 ਓਏ ਹੋਏ ਚੱਕ ਤੇਰੀ ਮਾਂ ਨੂੰ ਤੇਰੀ ਨੂੰ ਤੂੰ ਸਾਲਿਆ ਐਵੇਂ ਹੀ ਜਾਣਦਾ ਸਾਨੂੰ ਬਾਬਾ ਮੈਨੂੰ ਤਾਂ ਐ ਲਾਈਟਲੀ ਲੈਂਦੇ ਨੇ ਜਿਵੇਂ ਇਹਨਾਂ ਦਾ ਮੈਂ ਰੋਜ ਪਿੰਡੋਂ ਨਾ ਹੁੰਨਾ ਹਾਂ ਸਾਲਾ ਸੁਭਾਅ ਮੇਰਾ ਇੰਨਾ ਭੜਾ ਨਾ ਇੰਨਾ ਭੜਾ ਕਸੌਣ ਮਾਰ ਕੇ ਬੰਦਾ ਪਾੜ ਦਿੰਦਾ ਮੈਂ ਕਸੌਣ ਓਨਲੀ ਓਨਲੀ ਵਿਦ ਮੁੱਕਾ ਬਬੀ ਲੈ ਵੀ ਇੱਥੇ ਵੀ ਆ ਰੱਬ ਤੇਰਾ ਕਰੇ ਭਲਾ ਇੱਥੇ ਕਿੱਥੇ ਆ ਚੈਸਟ ਉਹ ਦੇ ਕਿਤੇ ਲਟਕਦੀ ਆ ਓਏ ਓ ਦੇ ਬਾਬੇ ਇਨਾ ਇਨਾ ਵੀ ਨਾ ਗਤੀ ਨਹੀਂ ਮੇਰੀ ਚੱਕ ਬਾਬੇ ਆ ਵੀ ਬੰਦੇ ਠੋਕਤੇ ਤੇਰੀ ਭੈਣ ਨੂੰ ਸਾਲੀਆ ਖੋਲਦਾ ਨਹੀਂਗਾ ਵੜਦਾ ਪੱਕ ਇਸ ਦਿਸ ਬਿਹੇਵੀਅਰ 부ਜਾ ਨਾ ਬਾਬੇ ਆ ਖੁੱਲਣ ਡਿਆ ਨੋਗ ਅੱਛਾ ਪੌੜੀਆਂ ਆਇਆ ਚੰਦਰਯੋ ਓਏ ਹੋਏ 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 ਕਈ ਵੇਲੇ ਭਲੇਖਾ ਪਾਈ ਜਾਂਦਾ ਹੁੰਦਾ ਬਾਬੇ ਜਿੰਨੀ ਤੇਜ਼ ਮਿੱਤਰਾ ਆ ਵੀ ਨਿਕਲਿਆ ਨਾ ਉਨੀ ਤੇ ਤੈ ਕੰਮ ਕਰਾ ਲੈਣਾ ਮੇਰੇ ਵਾਦੇ ਲਿਵਰ ਜਿਆ ਹੋਲਡ ਦਿਸ ਡਾਊਨ ਇਨਾ ਹਾਉ ਕੀ ਨਹੀਂ ਉਹ ਉਪਰ ਘੜੀ ਕਰਿਆ ਇਹ ਵੀ ਬੜਾ ਹੀ ਬਤਮੀਜ਼ਆ ਬੰਦਾ ਓਕੇ ਇਹ ਭਾਈ ਸਾਹਿਬ ਇਹ ਹੋਇਆ ਕੀ ਬਾਬੇ ਸੀਟੀ ਬਜਾਉਣੀ ਚਾਹੀਦੀ ਸੀ ਉਹ ਡੈਮ ਇਟ ਉਹ ਤੇਰੀ ਮਾਂ ਨੂੰ ਤੇਰੀ ਨੂੰ ਤੂੰ ਉਹ ਬਾਬੇ ਐਸ਼ਲੀ ਚੱਕ ਲਈ ਸਾਲਿਆਂ ਨੇ ਖੜੀ 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 ਐਸ਼ਲੀ ਮੈਂ ਆ ਰਹਾ ਹਾਂ ਉਹ ਬਾਬੇ ਐਸ਼ਲੀ ਚੱਕ ਲਈ ਓਏ ਖੜ ਤੇਰੀ ਅੰਮਾ ਨੂੰ ਤੇਰੀ ਨੂੰ ਸਾਲਾ ਤੇਰੇ ਖੜ ਤੇਰੇ ਬੱਟ 'ਚ ਗੋਲੀ ਮਾਰਨੀ ਉਹ ਐਸ਼ਲੀ ਦੇ ਨਾਲ ਲੱਗ ਜਵੇ ਸਾਲਿਆ ਤੂੰ ਬਾਲਾ ਚਾਮਲਦਾ ਓਏ ਆ ਤਾਂ ਗੋਲੀ ਖਰਾਬ ਕਰ ਲਈ ਫੱਕ ਆਰ ਡੂ ਡੰਬ ਆ ਚੱਕਸੜ ਆ ਬੰਦਰ ਜਿਹਾ ਇਹ ਤੂੰ ਠੀਕ ਐ ਬੁੱਗੀ ਤੇਰੇ ਕਿਥੇ ਨੇ ਲਾਡੀ ਬਾਡੀ ਤੁਸੀਂ ਲਾਤੀ ਠੀਕ ਐ ਤੂੰ ਯੂ ਆ ਰਾਈਟ ਐਸ਼ਲੀ ਯੂ ਆਰ ਆਲ ਰਾਈਟ ਹਾਂ ਆਲ ਰਾਈਟ ਚੱਲ ਆ ਜਾ ਉਧਰ ਦਾ ਦਰਵਾਜ਼ਾ ਤੇ ਐਸ਼ਲੀ ਆਪਾਂ ਖੋਲਿਆ ਹੀ ਆ ਇਹ ਤਾਂ ਬਾਬੇ ਮੈਂ ਹੀ ਆ ਬਚਾਈ ਜਨਾਂ ਇਹਨੂੰ ਇਹ ਨਹੀਂ ਨਹੀਂ ਸੀ ਬਚਣੀ ਕਿਸੇ ਤੋਂ ਓਹੋ ਆ ਜਾ ਹੁਣ ਸਟਿਕ ਕਲੋਜ਼ ਸਟਿਕ ਕਲੋਜ਼ ਬੇਟਾ ਆ ਜਾ ਗਰਮੀ ਗਰਮੀ ਸੁੰਘ ਮੇਰੀ ਆ ਕੇ ਓਏ ਉਹ ਤੇਰੀ ਪੈਰ ਨੂੰ ਤੇਰੀ ਨੂੰ ਸਾਲੇ ਨੇ ਸਿੱਧੀ ਟਕਾਈ ਵੱਡੇ ਆ ਬੇਲੀਆ री तेरी मां तेरी मी कि तू सप सुन जूगा पछवाड़े में गली गलियारों में बात उड़ी है कि सिद्धू साहब ने ऐसी गोली मार दी है जो सारे पिंड को नहीं पता चली कि कहां से मारी और कहां से निकाली है लत्त भनसाले दिया चड्डी पहने जो खड़ा है उसके मुंह खड़ तेरी मारुचा का नहीं। देखो दोनों के मारूगो पीछे हो जा पीछे हो जा पीछे हो जा ऐसे लिए पीछे हो जा ओ यार ऐसे लिए की करी जानी है तू लिए तो कुछ कर दी नहीं मैं तो कहना ਉਹ ਆ ਮੱਕੜੀਆਂ ਇਆਂ ਕਿੱਥੋਂ ਆ ਗਈਆਂ ਸ਼ਟ ਯਾਰ ਮੇਰੇ ਫੋਨ ਨੇ ਮੈਨੂੰ ਉਹ ਕਰਤਾ ਓਹ ਗੋਲੀਆਂ ਮੁੱਕ ਗਈਆਂ ਬਾਬਾ ਕੁਲੀ ਵੀ ਨੀ ਦਰਨਾ ਯਾਰ ਗੁੱਟੀ ਤੇਰਾ ਬੇੜਾ ਬੈਜਵੇ ਤੇਰਾ ਹਰਾਮ ਦਿਆ ਬਾਈ ਸ਼ਟ ਸ਼ਟ ਆ ਬਈ ਆਹ ਬੰਦਾ ਯਾਰ ਗੇਮ ਦੇ ਵਿੱਚ ਫੋਨ ਕਰੀ ਜਾਣ ਡਿਆ ਹਟ ਜਾ ਤੇਰੀ ਮਾਂ ਤੇਰੀ ਨੂੰ ਬਾਬੇ ਮੱਕੜੀਆਂ ਜਈਆਂ ਕਿੱਥੋਂ ਆ ਗਈਆਂ ਸਾਰਾ ਹੀ ਮੇਰਾ ਬੇੜਾ ਬੈਲੈਂਸ ਖਰਾਬ ਕਰ ਦਿਆ ਗੁੱਟੀ ਫੋਰ ਯਾਰ ਗੰਦ ਪਾਤਾ ਗੱਲ ਨਹੀਂ ਬਾਤ ਨਹੀਂ ਇਹ ਡੇਲੋ ਜੀ ਇਹ ਪਿੱਛੇ ਰਹਿ ਇਹਦੀ ਪੈਣ ਨੂੰ ਇੰਨੀਆਂ ਬੁਲਟਾਂ ਗਈਆਂ ਕਿੱਥੇ ਜਾ ਯਾਰ ਸਾਰੀ ਸਾਰੀ ਹੈਲਥ ਦਾ ਬੇੜਾ ਉਠਾ ਲਤਾ ਯਾਰ ਐਡਾ ਸ਼ਿਟ ਬੰਬ ਕਰਤਾ ਨਾ ਸਾਲਾ ਕੰਮ ਹੀ ਖਰਾਬ ਕਰਤਾ ਸਾਰਾ ਕੰਮ ਖਰਾਬ ਕਰਤਾ ਓਏ ਨੂੰ ਵੀ ਹੁਣ ਇਹਨੂੰ ਅੱਗ ਲੱਗੀ ਓਸੀ ਫੂਨ ਦਈਏ ਨੂੰ ਉਂਟ ਵਾਲਿਆਂ ਨੇ ਫੂਨ ਨਹੀਂ ਕਰਨਾ ਕਦੇ ਸ਼ਟ ਅਪ ਲੋਕ ਜਾਏ ਉੱਪਰ ਉਹਦੀ ਭੈਣ ਨੂੰ ਇੰਨੀਆਂ ਗੰਨਾ ਮੇਰੇ ਸਾਲੇ ਦੀਆਂ ਕਿਸੇ ਚ ਤਾਂ ਨਹੀਂ ਬੋਲਟਾਂ ਕੋਈ ਵੀ 90 ਗੋਲੀਆਂ ਇਹਦੇ 'ਚ ਆ 85 ਗੋਲੀਆਂ ਉਹਦੇ 'ਚ ਆ ਗਿਆ ਯਾਰ ਫਟੇ ਮੂੰਹ ਹੋ ਗਿਆ ਕੁਣ ਨਹੀਂ ਚੱਲ ਕੋਈ ਗਲੀ ਮੋੜਿਓ ਬੈਕ ਟੂ ਬੇਸ ਯਾਰ ਕਿਉਂਕਿ ਬਾਬੇ ਗੇਮ ਇਦਾਂ ਥੋੜੀ ਆ ਇਹ ਤੂੰ ਪਿੱਛੇ ਰਹਿ ਸੜ ਗਿਆ ਥੋੜਾ ਜਾ ਤਾਂ ਆਈ ਜਾਂਦੀ ਆ ਛੱਪੜ ਮਾਰੂ ਜੇ ਮੇਰੇ ਨੇੜੇ ਲੱਗੀ ਹੁਣ ਇਹਨਾਂ ਸਾਲੀ ਨੂੰ ਅਲਮਾਰੀ ਅਲਮੂਰੀ 'ਚ ਬੰਦ ਕਰ ਜਾ ਜਦ ਖਤਰਾ ਟਲ ਗਿਆ ਉਦ ਬਚਾ ਲਈ ਯਾਰੇ ਕਾ 6 ਨੰਬਰ ਤੇ ਬੋਲਟ ਆ ਮੇਰੇ ਹੱਥੇ 6 ਨੰਬਰ ਤੇ ਨਹੀਂ ਲੱਗੀ ਹੋ ਹੈਗੀ ਇਹਨੂੰ ਲਾ ਭਰਾਵਾ 2 ਨੰਬਰ ਤੇ ਆਹੋ ਉਹ ਮੇਰੇ ਲੱਗੀਆਂ ਨਹੀਂ ਆ ਚਲੋ ਕੋਈ ਗੱਲੀ ਮੇਟਰੋ ਮੂਡ ਮਾਰ ਸੈੱਟ ਕਰਦੇ ਆ ਇਹਰੇ ਦਾ ਮੈਂ ਚਪਲਾ ਮਾਰੂ ਨਾ ਪਰ ਰੱਖੀ ਰੱਖਿਆ ਸਟੈਟਿਕ ਸਟੈਟਿਕ ਦੇ ਸਾਲੇ ਸਟੈਟਿਕ ਜੇ ਨਾ ਦੇ ਜਵਾਕਾਂ ਦੇ ਨਾ ਜੋਨ ਤੇ ਸਟੀ ਬਿਆ ਰੱਖੇ ਬੜੇ ਫਿਰਦੇ ਆਪ ਹੀ ਸਟੈਟਿਕ ਨਾਮ ਰੱਖਿਆ ਤਾਂ ਜਵਾਕਾਂ ਦੇ ਲਗੀ ਰੱਖਣਾ ਵੱਡੇ ਬ੍ਰਿਟਿਸ਼ ਬਾਸਫੋਰਟ ਇਹਨੂੰ ਕਲਿੱਪ ਕੱਟ ਕੇ ਭੇਜੋ ਇਹਨੂੰ ਟੈਗ ਕਰਿਓ ਇਹਨੂੰ ਹਾਂ ਦੀਰੀ ਭੈਣ ਨੂੰ ਉਹ ਬਾਬੇ ਫਟੇ ਨੂੰ ਹੋ ਗਿਆ ਗਲਤ થઈ ਛਾਲ ਵੱਜ ਗਈ ਇੱਧਰੋਂ ਤਾਂ ਮੈਂ ਆਉਂਦਾ ਵੀ ਨਹੀਂ ਸੀਗਾ ਕੋਈ ਗੱਲ ਨਹੀਂ ਮੁੜੇ ਸੌਰੀ ਯਾਰ ਥੋੜੀ ਜੀ ਗੇਮ ਆਪਣੀ ਹੱਲ ਗਈ ਯਾਰ ਤਾਂ ਹੀ ਫੂਸਾ ਲੈਣ ਤੇ ਲਾ ਕੇ ਖੇਡਣਾ ਚਾਹੀਦਾ ਹੋਰ ਕਰਨੇ ਲਗੇ تھے ਕੁਛ ਤੋਂ ਕਰ ਲਿਆ ਹੈ ਕੰਮ ਸ਼ੁਰੂ ਕਰੋ ਇਨਤਾਖਸ਼ਣੀ ਲੈ ਕੇ ਪ੍ਰਭੂ ਦਾ ਨਾਮ ਬੋਲੋ ਰਾਮ 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 ਯਾਰ ਜਾਣਾ ਕਿੱਧਰ ਨੂੰ ਦੱਸ ਤਾ ਦੋ गारे जाना मेन पहला पता मैं इधर आ जाए इन कहते दी जा लग रहा है बाबे इतना गटर ज किसका एमरलेंड मिल गया चल वो एमरलेंड मिल गया भरावा बेह पल बह पे के चल नंग जू इत ਇੱਧਰ ਨੀ ਨੰਗਾਉਣਾ ਇੱਧਰ ਆ ਗਈ ਅੱਛਾ ਆ ਜਾ ਆ ਜਾ ਕਹਦਾ ਬੀ ਗੋ ਐਟ ਸੇਮ ਟਾਈਮ ਮੈਂ ਕਿਹਾ ਜਮਾਂ ਸੇਮ ਟਾਈਮ ਤੇ ਜਾਵਾਂਗੇ ਚਲੋ ਓਕੇ ਵੀ ਗੋ ਐਟ ਦ ਸੇਮ ਟਾਈਮ ਯਾ ਓਏ ਲੈ ਰੁਕ ਗਿਆ ਇਹਦੀ ਪੈਣ ਨੂੰ ਪਹਿਲਾਂ ਇਹਨੂੰ ਅਲਮਾਰੀ ਚ ਬੰਦ ਕਰ ਚੱਲ ਸਾਲੀਏ ਅੰਦਰ ਚੱਲ ਪਛੇ ਪਛੇ ਤੁਰੀਆਂ ਦੀ ਜਿਵੇਂ ਪੂਸ਼ ਹੁੰਦੀ ਆ ਇੱਥੇ ਬੈਠੀ ਰਹੀ ਬਾਪੇ ਮੈਨੂੰ ਇੱਕ ਗੱਲ ਦੱਸੋ ਸਕੂਜੀ ਸਕੂਜੀ ਪਾਣੀ ਪੀ ਲੰਦੋ ਏ ਰੈਫਲੇਮੋ ਇੰਨੀਆਂ ਕਿਉਂ ਦੇਣ ਡਏ ਆ ਮੈਨੂੰ ਲੱਗਦਾ ਦਾਲ ਚ ਕੁਛ ਕਾਲਾ ਜਾਂ ਸਾਰੀ ਦਾਲੀ ਕਾਲੀ ਆ ਮੈਨ ਲੱਗ ਰਿਹਾ ਹਨਾ ਕਿਉਂਕਿ ਇੰਨੀਆਂ ਯਾਰ ਸੈਂਸ ਨਹੀਂ ਬਣਦੀ ਉਦੋਂ ਹੀ ਇੰਨੀਆਂ ਰ ਇੰਨੀਆਂ RFLM ਉਹ ਦਿੰਦੇ ਹੁੰਦੇ ਆ ਜਦੋਂ ਕੋਈ ਕਾਂਡ ਹੋਣ ਵਾਲਾ ਹੋਵੇ ਮੈਨੂੰ ਲੱਗਦਾ ਮਿੱਤਰੋ ਮੇਰੀ ਗੱਟ ਫੀਲਿੰਗ ਹੈ ਪੂਰੀ ਮੈਂ ਕਿਹਾ ਗੱਟ ਫੀਲਿੰਗ ਵੀ ਉਹ ਜਿਹੜੀ ਮਰ ਰੋਡ ਬੈਕ ਉਹ ਤੇਰੀ ਮਾਂ ਨੂੰ ਤੇਰੀ ਨੂੰ ਦੇਖਿਆ ਦੇਖਿਆ ਖੜ ਜਾ ਉਹ ਆ ਸਾਲੇ ਦਾ ਅੰਡਾ ਪੋਟਾ ਜਾਂ ਪਾਟਾ ਨਹੀਂ ਐ ਨਿਸ਼ਾਨਾ ਲਾ ਕੇ ਨਿਸ਼ਾਨਾ ਲਾ ਕੇ ਸਿੱਧੂ ਸਾਹਿਬ ਨਿਸ਼ਾਨਾ ਲਾ ਕੇ ਆ ਕਰਾਈ ਅੱਤ ਮਰ ਜਾ ਉਹ ਤੇਰੀ ਭੈਣ ਨੂੰ ਤੇਰੀ ਨੂੰ ਹੇ ਕੰਡੇ ਮਾਰੇ ਓਏ ਉਹ ਕੰਡੇ ਮਾਰੇ ਤੇਰੀ ਭੈਣ ਦਾ ਪਸ਼ਮੀਨਾ ਤੇਰੀ ਦਾ ਓਏ ਕਿੱਥੇ ਗਿਆ ਸਾਲਾ ਓਰ ਯਾ ਆਏ ਫੇਰ ਮੈਸ ਕਰ ਗਿਆ ਉਹ ਫੇਰ ਮੈਸ ਕਰ ਗਿਆ ਉਹ ਫੇਰ ਮੈਸ ਕਰ ਗਿਆ ਓਏ ਵੱਜੀ ਵੱਜੀ ਸਾਲਿਆ ਕਿ ਨਹੀਂ ਵੱਜੀ ਓਏ ਓਏ ਹੋਏ 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 ਓਏ ਹੋਏ ਓਏ ਹੋਏ ਓਏ ਹੋਏ ਓਏ ਹੋਏ ਓਹ ਓ ਪਾਟਾ ਪਾਟਾ ਮਰ ਜਾ ਜੀਸਸ ਕੁਡਲੀ ਪਾਸਟਰਡ ਹਾਂ ਹਾਂ ਮੇਰੇ ਸਾਲੇ ਦੀ ਖੱਟੀ ਉਲਟੀ ਹੈ ਜੀ ਭੈਣ ਨੂੰ ਹਾਂ ਹਾਂ ਇਹ ਤੂੰ ਐ ਤੂੰ ਸਾਰੀਆਂ ਨਿਕਲ ਐ ਤੈਨੂੰ ਕਿਹਾ ਸੀ ਅੰਦਰ ਬੈਠ ਬਤਮੀ ਜਲੇਡੀ ਫੇ ਕਹਿੰਦੇ ਸਿੱਧੂ ਇੱਜ਼ਤ ਨਹੀਂ ਕਰਦਾ ਮਰਾ ਤੇਰੇ ਪੜਪੜੀ ਤੇ ਇੱਕ ਰੱਖ ਕੇ ਫੇ ਬਾਬੇ ਹੁਣ ਇੱਥੇ ਹੋਰ ਨਿਕਲਿਆ ਵੀ ਕੌਣ ਜ਼ਿੰਮੇਵਾਰ ਆ ਆਹ ਦਾ ਭਲਾ ਹੋਵੇ ਅੱਛਾ ਤਾਂ ਹੀ ਗੰਨਾ ਦਿੰਦੇ ਸੀ ਮੇਰੇ ਸਾਲੇ ਦੇ ਹੂੰ ਆ ਜਾ ਪਾ ਹੱਥ ਉਧਰਲੇ ਪਾਸੇ ਸੋਲਨੇ ਨੇ ਆਲਰੇਡੀ ਕਰੋ ਲਜਾ ਦਾ ਬਤਾ ਵਨ ਮੋਰ ਟਾਈਮ ਵਨ ਮੋਰ ਟਾਈਮ ਲੈ ਲੈਂਦੇ ਹਾਂ ਚਲੋ 1 2 3 ਖਚ ਗਏ ਮੈਨੂੰ ਲੱਗਦਾ ਲੇਟ ਹੁੰਦਾ ਚੱਲ ਹੁਣ ਦੇਖੀ 1 2 3 4 ਰੁਕ ਗਿਆ ਬੈਰੀ ਸਮਾਰਟ ਪਲੇਅਰ ਬੈਰੀ ਸਮਾਰਟ ਬੈਰੀ ਸਮਾਰਟ ਪਲੇਅਰ ਐਨੇ ਸਮਾਰਟ ਪਲੇਅਰ ਕਿ ਤੋ ਲੈਂਡ ਜਾਣੇ ਆ ਚੂਹਿਆ ਪਰ ਇਹ ਹੋ ਜਾ ਕਿਉਂ ਆਪਣੀ ਮੌਤ ਨੂੰ ਕੂਕਾ ਮਾਰਨਾ ਨਾ ਮੈਨੂੰ ਲੱਗਦਾ ਤੇ ਲੱਡੂ ਖਾਣਾ ਹੀ ਆ ਉਹ ਉਹ ਬਾਬੇ ਚੂਹਾ ਵੀ ਇੱਕ ਯਾਨੀ ਕਿ ਇਹ ਵੀ ਆਪਣੇ ਕੋ ਕੁਝ ਹੈਗਾ ਚੂਹੇ ਮਾਰ ਕੇ ਵੀ ਆਪਾਂ ਉਹ ਚੱਕ ਸਕਦੇ ਆ ਕੋਈ ਨਹੀਂ ਹੁਣ ਚੂਹਿਆਂ ਦੀ ਖੈਰ ਨਹੀਂ ਜਿੱਥੇ ਜਿੱਥਰ ਵੀ ਚੂਹਾ ਡਿਗਾਕਸਾਲ ਕੋ ਕਾ ਡਾਲੂੰਗਾ ਕਾ ਡਾਲੂੰਗਾ ਵੇ ਚੂਹੇ ਬਾਬੇ ਜੇ ਹੁਣ ਮੈਂ ਦੋ ਮਾਰਤੇ ਮੈਨੂੰ ਚਾਰੇ ਮਾਰਨੇ ਪੈਣੇ ਭਰੇ ਫਿਰ ਐਸ਼ਲੀ ਪਿੱਛੇ ਰਹਿ Hey, चल okay. कोई गल जिथे भी आप देखू उ चूहा पाड़ देना बस आजा सीधा हो गया ए चल कोई कम कर ਇਹ ਬੜੀ ਗੱਲ ਹੈ। ਚੱਲ ਜੱਲ। ਹਾਂ ਮਕਰ ਇੱਕ ਤਾਂ ਬੇ ਨੰਬਰ ਕੁੱਟਣ ਨੂੰ ਜਾਂ ਤਾਂ ਨੂੰ ਬੜੀ ਬਿਮਾਰੀ ਆ। ਓ ਮੇਰੇ ਸਾਡੇ ਦਾ ਕੀ ਆ ਜੀ ਟਰ ਗਿਆ। ਇਹਦੀ ਬੱਤੀ ਹੈ ਨਹੀਂ ਇਹਦੀ ਬੱਤੀ ਜਗਾਉਣੀ ਪੈਣੀ ਆ ਠੀਕ ਐ ਜਗਾ ਲੈਣਾ ਗਿੱਡੀ ਗੱਲੇ। ਹੁਣ ਆਪਾਂ ਨੂੰ ਜਾ ਰਹੇ ਹਾਂ ਆਉਂਦਾ। ਆਦੇ 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 ਤੇਰੀ ਮਾਂ ਦਾ ਤੇਰੀ ਦਾ ਟੋਟਰ ਪਾੜਿਆ ਕਿੱਥੇ ਗਿਆ? ਕਾਲਾ ਚੂਹਾ ਪੈਰਾਂ 'ਚੋਂ ਕੱਢ ਲੈ ਕੀ ਕਹਿੰਦੇ ਸ਼ੇਰ ਮਾਰਨਾ ਚੂਹਾ ਤਾਂ ਮਾਰ ਲਓ ਪਹਿਲਾਂ ਮੈਂ ਤਾਂ ਮਾਰਨਾ ਮੈਂ ਤੁਹਾਡੀ ਗੱਲ ਕਰਦਾ ਮਜ਼ਾਕ ਜੋਕਸ ਜੋਕਸ ਤੇਰੀ 팬 ਤੇਰੀ ਨੂੰ ਬਾਬੇ ਜਾ ਤਾਂ ਚੂਹਾ ਚੱਕ ਹੁੰਦਾ ਹੋਵੇ ਬੰਦਾ ਖਾਏ ਲੈਂਦਾ ਮੋੜ ਕੇ ਚੂਹਾ ਹਨਾ ਐਦਾਂ ਕੀ ਫਾਇਦਾ ਮੇਰੀਆਂ ਤਾਂ ਅੱਖਾਂ ਗਰਮ ਜੀਆਂ ਹੋ ਗਈਆਂ ਹੈ ਤੁਹਾਡੀਆਂ ਵੀ ਹੋਈਆਂ ਬਾਬੇ ਦੇਖ ਤਾਂ ਲੈ ਔਰ ਨੈਟਲ ਨੈਕਲੈਸ ਤੇਰੀ ਭੈਣ ਨੂੰ ਇੰਨੇ ਰੂਬੀ ਮੈਂ ਲਿਆਵਾ ਕਿੱਥੋਂ ਬਾਬੇ ਰੂਬੀ ਔਣੇ ਸੀ ਉਹ ਗਧਿਆਂ ਜਿਹਨੂੰ ਮਾਰ ਕੇ ਮੈਂ ਪਿਛਲੀ ਗੇਮ ਚ ਮੇਰੇ ਤੋਂ ਮਰੇ ਨਹੀਂ ਮਰੇ ਨਹੀਂ ਸਿੱਧੀ ਜੀ ਗੱਲ ਆਪ ਕਹਿ ਰਹੇ ਨੇ ਉਹ ਨਹੀਂ ਮਰੇ ਨਹੀਂ ਮਰੇ ਬਈਏ ਹੁਣ ਆਪਾਂ ਨੂੰ ਬੇਇੱਜ਼ਤੀ ਆ ਉਸ ਚੀਜ਼ ਦੀ ਕਹਾ ਕੋਈ ਨਹੀਂ ਹੋਣਾ ਇਹਨਾਂ ਉਹ ਬਾਬੇ ਐਮਲੀ ਚੰਗੀਸ ਆਲਾ ਛੱਡ ਕੇ ਆਇਆ ਹਨਾ ਪਰ ਆਪਾਂ ਨੂੰ ਹੋਇਆ ਤਾਂ ਪਾਵਰ ਵਾਲਾ ਬਟਨ ਹੀ ਲੱਭਾ ਹੋਰ ਝੂਹ ਹੋਰ ਝੂਹ ਇੱਕ ਰਹਿ ਗਿਆ ਚੂਹਿਆ ਵੇ ਚੂਹਿਆ ਵੇ ਮੈਨੂੰ ਤੂੰ ਮਾਫ ਕਰੀ ਵੇ ਚੂਹਿਆ ਬਬੇ ਗ੍ਰੀਨ ਹਰਬ ਮਿਲ ਗਈ ਓਏ ਗ੍ਰੀਨ ਹਰਬ ਚੈੱਕ ਮੈਂ ਹਾਂ ਡੱਡੂ ਬਠੰਡੇ ਯਾਰ ਤੇਰੇ ਨੂੰ ई कह पावर का बटन मिल गया भाई साहब फा पहला आप चक लीएशली सालिया पजामा गिल्ला ना करा ली बाबे मैं लैट जगा के सीधा छेती छेती एशली को पहुंचा पर यह बाबे बाट ही बहुत लंबी है यार ओए। बाबे ओ बे एक गोली मर गया इधर ही आना ਓਏ ਅਸ਼ਲੀ ਚੱਕਣੀ ਸਾਲਿਆ ਨੇ ਓ ਖਰਚਾ ਤੇਰੀ ਮਾਂ ਨੂੰ ਬੱਬੇ ਉਹ ਤਾਂ ਅਸ਼ਲੀ ਨੂੰ ਹੀ ਪਾ ਪਏ ਓ ਸਾਲੇ ਤੁਹਾਨੂੰ ਸੌਹ ਆ ਪਰਮੇਸ਼ਰ ਦੀ ਛਾੜਾ ਕੁੜੀ ਨੂੰ ਓ ਭਰਾਵਾ ਤੁਸੀਂ ਮਰਦੇ ਕਾਤੇ ਨਹੀਂਗੇ ਮਰ ਗਿਆ ਚੁਗਾਰਾ ਹੋਰ ਤਾਂ ਨਹੀਂ ਕੋਈ ਆਇਆ ਮੈਂ ਜਾਵਾਂ ਕਿਤੇ ਐਸੀ ਤੱਕ ਭੱਜ ਓਏ ਹੋਏ ਹੋਏ ਓਏ ਹੋਏ ਆਹ ਸਾਲੇ ਗੰਦ ਤੋਂ ਬਹੁਤ ਡਰ ਲੱਗਦਾ ਚੱਕ ਤੇਰੀ ਮਾਂ ਨੂੰ ਤੇਰਾ ਓਏ ਮਾਰੀ ਭਰਾਵਾ ਮਾਰੀਏ ਤੇ ਇਹ ਗੰਦ ਜਿਹਾ ਕਿੱਥੋਂ ਨਿਕਲ ਕੇ ਆ ਗਿਆ ਗੁੰਡਾ ਟੋਕਰਾ ਚੱਕ ਤੇਰੀਆਂ ਅੰਤੜੀਆਂ ਪਾੜ ਦੇਣੀਆਂ ਤੇਰੀਆਂ ਪੁੱਤ ਮਰ ਗਿਆ ਹਜੇ ਹੁਣ ਅੱਗ ਜੀ ਨਾ ਲੱਗ ਜਵੇ ਇਹਨੂੰ ਓ ਲੈ ਹੋ ਗਿਆ ਬਹਿ ਗਿਆ ਬੇੜਾ ਬਹਿ ਗਿਆ ਬੇੜਾ ਕਿਆ ਕਹੀ ਜਨਮ ਮੈਂ ਉਹ ਖਾੜਲਾ 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 ਉਹ ਮੀਚ ਉਹ ਤੇਰੀ ਭੈਣ ਨੂੰ ਕੁੜੀ ਚੱਕ ਲੈ ਗਿਆ ਯਾਰ ਉਹ ਵੱਡਦਾ ਇੱਕ ਖਾਲਾ ਇੱਕ ਖਾਲਾ ਉਹ ਸਾਲਿਆ ਕੁੜੀ ਛੱਡੀ ਸਾਡੀ ਓਏ ਉਹ ਤੇਰੀ ਭੈਣ ਨੂੰ ਉਹ ਯਾਰਾ ਕੱਟੀ ਦਾ ਬੱਚਾ ਮਰਿਆ ਨਹੀਂ ਹਜੇ ਤੱਕ ਯਾਰ ਇਹ ਤੇਰੇ ਨੇੜੇ ਗੋਲੀ ਮਾਰਤੀ ਤੂੰ ਮਰਦਾ ਕਾਤੇ ਨਹੀਂ

ਕਿੱਥੇ ਤੱਕ ਗਈਓ ਹੁਣ ਉਹ ਕੋਟਣਾ ਜਦ ਕਮਾਰਤਾ ਮੈਂ ਖੜ ਲਿਆ ਮੈਨੂੰ ਇੱਕ ਮਿੰਟ ਚੈੱਕ ਕਰਾਂ ਦੇ ਕਿਹੜੀ ਗੋਲੀਆਂ ਨਾਲ ਮਾਰਦਾ ਇਹਨਾਂ ਨਾਲ ਮਾਰਨਾ ਆਉਂਦੇ ਹੀ ਚੱਕ ਦੇਣੇ ਇਹਨਾਂ ਦੀ ਭੈਣ ਨੂੰ ਇਹਨਾਂ ਦੀ ਨੂੰ ਇਹਨੂੰ ਭੌਣਾ ਸਾਲਿਆਂ ਨੂੰ ਮੈਂ ਪਸ਼ਮੀਨਾ ਦੇ ਕੱਛੇ ਉਹਦੇ ਖਾੜਾ ਆਏ ਨਾ ਚੱਕ ਚਾ ਕੋਈ ਨਹੀਂ ਲੈ ਕੇ ਤਾਂ ਪਤਾ ਇਧਰ ਹੋਈ ਜਾਣੀ ਆ ਗੱਟੇ ਗਿਆ ਨੈਕਸਟ ਚੱਲ ਕੋਈ ਨਹੀਂ ਪੁੱਤ ਲੈ ਕੇ ਤਾਂ ਇੱਥੋਂ ਜਾਣ ਟੈਨਸ਼ਨ ਕਾ ਦੇ ਲੈਨੇ ਤੁਸੀਂ ਜਾ 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 ਮੇਰਾ ਬੂੰਗੜਾ ਕੋਲ ਜਾ ਉਹਦੇ ਦਿਨਾਂ ਤੈਨੂੰ ਮੈਂ ਫੁਲਕਾ ਤੇਰੀ ਭੈਣ ਨੂੰ ਤੇਰੀ ਨੂੰ ਉਹ ਖਾਈ ਖਾਈ ਪੱਤ ਕਾ ਕਾ ਐਥੋਂ ਕੋਨੇ ਨਿਕਲਣਾ ਹਨਾ ਮੈਂ ਖਾ ਜੀ ਮੈਂ ਤਿਆਰ ਆ ਤੁਹਾਡੇ ਲਈ ਤੁਹਾਡੇ ਲਈ ਓਏ ਕਿਤੇ ਹੋਰੇ ਵੱਜ ਗਈ ਆ ਦੇ ਆ ਦੇ ਆ ਜੈਲੀ ਜੀ ਪਾਟੀ ਸਾਲੇ ਦੀ ਹਾਏ ਆ ਵੀ ਕਿਤੇ ਹੋਰ ਵੱਜ ਗਈ ਓਏ ਤੇਰੀ ਭੈਣ ਨੂੰ ਓ ਤੇਰੀ ਭੈਣ ਨੂੰ ਓ ਸਾਲਿਆ ਗੰਦੇ ਗੰਦੇ ਆਜਾ ਪਰੇ ਹੋ ਉੱਧਰ ਐਸ਼ਰੀ ਚੱਕ ਲਈਉਨੀ ਓ ਤੇਰੀ ਭੈਣ ਨੂੰ ਹੋ ਗਿਆ ਫੇਰ ਕੰਮ ਫੇਰ ਫਟੇਮੂ ਹੋਣ ਲੱਗੀ ਹੋ ਗਈ ਫਟੇਮੂ ਹੋ ਗਈ ਨਿਜਰਾ ਫਟੇਮੂ ਹੋ ਗਈ ਓ ਕੁੜੀ ਚੱਕ ਲੈ ਗਿਆ ਸਾਡੀ ਕੁੜੀ ਚੱਕ ਲੈ ਗਿਆ ਕੁੜੀ ਚੱਕ ਲੈ ਗਿਆ ਖੜਚਾ ਤੇਰੀ ਭੈਣ ਨੂੰ ਤੇਰੀ ਨੂੰ ਚੱਕੇ ਦੀ ਦਾ ਜੈਲੀ ਜੀ ਪਾੜੀ ਸਾਲੇ ਦੀ ਮੈਂ ਖੜਲਾ ਖੜਲਾ ਕੋਈ ਨਹੀਂ ਇੱਥੋਂ ਲੈ ਕੇ ਜਾਣੀ ਜਾਨ ਨਹੀਂ ਦੇਣੀ ਉਹ ਮੁੰਡਿਆ ਜਾਨ ਦੇਣੀ ਨਾ ਸੁੱਕੀ ਖਬਰ ਲੈਣੀ ਮਟਿਆਰ ਦੀ ਤੇਰੀ ਭੈਣ ਨੂੰ ਓਏ ਓਏ ਹੋਏ 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 ओए खा ला ला मैं आ गया तू टेंशन ना ले मेरी लेडिये ठीक है, है। जवाब तो दे टापू का पापा जो बहुत औखी गेम है रैफर बोल्ट सारिया गेम मुक् गई ਜੇ ਮੈਂਨੇ ਕੀਆ ਬਾਬੇ ਬਹੁਤ ਔਖਾ ਕੰਮ ਹੈ ਇਹਨਾਂ ਦੀ ਭੈਣ ਨੂੰ ਨਾ ਦੇ ਨੂੰ ਕਿੱਕ ਬਾਬੇ ਆਪਾਂ ਨੂੰ ਇੱਥੋਂ ਮੱਛੀ ਵੀ ਮਿਲ ਗਈ ਸੀਗੀ ਇੱਥੋਂ ਨਿਕਲਿਆ ਸੀ ਨਾ ਸਾਲਾ ਗੰਦ ਜਾ ਹੁਣ ਆਪਾਂ ਵਾਪਸ ਚੱਲਦੇ ਆ ਮੇਰੇ ਵੀਰੋ ਐਸ਼ਲੀ ਨਾਲ ਜੇ ਤੁਹਾਨੂੰ ਗੇਪਲੇ ਵਧੀਆ ਲੱਗਦਾ ਮੈਂ ਅਖਾਜੀ ਕਮੈਂਟਾਂ ਦੀ ਝੜੀ ਲਾ ਦਿਓ ਬਾਬੇ ਬੰਦੇ ਤਾਂ ਆਪਾਂ ਥੋੜੇ ਹੀ ਦੇਖਦੇ ਚਲੋ ਜਿੰਨੇ ਕੁ ਦੇਖਦੇ ਆ ਰੱਬ ਦੇ ਬੰਦੇ ਆ ਬਾਈ ਜੀ ਆਇਆ ਨਹੀਂ ਤਾਂ ਗੇਂ ਘੰਟੇ ਦੀ ਗੇਮਪਲੇ ਦੇਖਣਾ ਕਿਤੇ ਛੋਟੀ ਮੋਟੀ ਗੱਲ ਆ ਯਾਰ ਇਹ ਮਹਾਰ ਬੰਦਿਆਂ ਦਾ ਹੀ ਕੰਮ ਹੁੰਦਾ ਇਹ ਇਦਾਂ ਦੇ ਬਾਈ ਜੀ ਬੰਦੇ ਬਹੁਤ ਹੀ ਘੱਟ ਹੁੰਦੇ ਤੇ ਤੁਸੀਂ ਵੀ ਗੇਮਪਲੇ ਦੇਖਦੇ ਬਾਈ ਜੀ ਤੁਸੀਂ ਜੋ ਜੂ ਗਾਈਜ਼ ਆ ਬੈਰੀ ਸਪੈਸ਼ਲ ਬੈਰੀ ਬੈਰੀ ਸਪੈਸ਼ਲ ਜੂਰ ਵੈਲਕਮ ਸਾਲੀ ਜੂਰ ਵੈਲਕਮ ਦੀ ਬੱਚੀ ਬਚਾਇਆ ਤੈਨੂੰ ਮੈਂ ਆ ਯਾਰ ਇਧਰੋਂ ਆਪਾਂ ਆਉ ਨਹੀਂ ਗਏ ਮੇਗਾ ਨਾ ਉਹ ਹੀ ਖੁੱਲਣਾ ਆ ਜਾ ਮੇਰੇ ਪਿੱਛੇ ਯਾਰ ਇੱਕ ਤਾਂ ਪਤਾ ਨਹੀਂ ਲੱਗਦਾ ਮੈਂ ਕਿੱਧਰੋਂ ਚੱਲ ਜਾਣਾ ਕਿੱਧਰੋਂ ਨਹੀਂ ਜਾਂਦਾ ਚੱਕ ਲੋ ਇਹਦੀ ਭੈਣ ਨੂੰ ਇੱਥੇ ਜੀਟਰ ਖਰਾਬ ਹੋਣਾ ਹੁਣ ਦੇਖਿਓ ਲੱਗੂ ਟਾਈਮ ਐ ਇੱਥੇ ਅੱਛਾ ਇਹ ਇਧਰਲੇ ਪਾਸੇ ਨੂੰ ਬਿਜਲੀ ਭੇਜਤੀ ਠੀਕ ਆ ਥੱਲੇ ਨੂੰ ਦੂਜੇ ਨੰਬਰ ਤੇ ਬਿਜਲੀ ਆ ਗਈ ਆ ਠੀਕ ਆ ਚੱਕ ਇਧਰ ਤੀਜੇ ਨੰਬਰ ਤੇ ਬਿਜਲੀ ਆ ਗਈ ਆ ਤੀਜੇ ਨੰਬਰ ਤੋਂ ਬਿਜਲੀ ਚੱਲ ਗਈ ਤੀਜੇ ਨੰਬਰ ਤੇ ਬਿਜਲੀ ਆ ਗਈ ਆ ਗਈ ਸਾਰਿਆਂ ਤੇ ਖੁੱਲ ਜਾ ਲੈਟਸ ਗੋ ਬੰਬੂ ਕਾਰ ਚਲਾਤਾ ਜਾਨੇ ਟੁਕ 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 ਮਾਗਾ ਐ ਤੇ ਮਾਗ ਲਈਦਾ ਗੇ ਮਾਰੇ ਵਿੱਚ ਹਾਂ ਮੇਰੇ ਤੋਂ ਸਿੱਖੋ ਮੇਰੇ ਤੋਂ ਸਿੱਖੋ ਦਿਮਾਗ ਲਾਉਣਾ ਪਰ ਨਹੀਂ ਪਿਛਲੀ ਵਾਰੀ ਮੇਰਾ ਜਾਦੀ ਤੇਰੀ ਮਾਂ ਨੂੰ ਮਕੜੀ ਕਾਕ ਤੇਰੀ ਮਾਂ ਨੂੰ ਐਸ਼ਲੀ ਸਟਿਕ ਕਲੋਸ ਸਟਿਕ ਕਲੋਸ ਬਾਬੇ ਆ ਤਾਂ ਬਹੁਤ ਯਾਰ ਜਿਹੜੀਆਂ ਮੱਕੜੀਆਂ ਆਈਆਂ ਨਾ ਇਹ ਕੰਮ ਬਹੁਤ ਡੇਂਜਰਸ ਹੁੰਦਾ ਯਾਰ ਮੇਰੀਆਂ ਗੰਨਾ ਮੇਰੇ ਹੱਥ ਨਹੀਂ ਲੱਗੀਆਂ ਬਾਬੇ 3 4 ਨੰਬਰ ਤੇ ਆਹਾ 5 ਨੰਬਰ ਤੇ ਉਹ 6 ਨੰਬਰ ਤੇ ਆਹਾ 7 ਨੰਬਰ ਤੇ ਉਹ ਇਹਨੂੰ 6 ਨੰਬਰ ਤੇ ਕਰਾਂ ਸੋ ਮੈਂ ਤੈਨੂੰ ਸੀ ਵੀ ਕਹਿੰਨੇ ਹੁਣੇ ਯਾਰ ਇੰਨੀ ਗੇਮ ਵੇ ਹੈ ਲਾਈਟ ਨਹੀਂ ਗਈ ਬਾਬੇ ਕਿਉਂਕਿ ਰਿਸੋਰਸਸ ਬਹੁਤ ਲਿਮਟਡ ਆ ਇੰਨੇ ਚ ਤੁਹਾਡਾ ਬਾਬੇ ਕੰਮ ਹੋ ਸਕਦਾ ਇੰਨੇ ਚ ਕੰਮ ਉਹ ਦੇਖ ਲੈ ਜਰ ਫੋਨ ਹੈਗਾ ਮੇਰੀ ਇੱਕ ਹੈਲਥ ਦੀ ਪੁਰੀ ਜਾਨ ਦੀ ਲੱਗੀ ਮੈਨੂੰ ਗੁੱਸਾ ਤਾਂ ਬਹੁਤ ਆਉਂਦਾ ਉਹ ਚਾਚੇ ਚਾਚੇ ਯੂ ਆਰ ਹੇਅਰ ਚਾਚੇ ਉਹ ਕਰ ਦੇ ਇਹਦੇ ਚ ਬਾਬੇ ਦੇਖੀਏ ਸਟੋਰੇਜ ਚ ਕੀ ਪਿਆ ਬਾਬੇ ਆਹ ਸਾਲਾ ਬਹੁਤ ਮੇਰੇ ਤੋਂ ਗਲਤ ਕੰਮ ਚੱਕ ਹੋ ਗਿਆ ਹੈਗਾ ਆਹ ਮਲਟੀਡਾਸਟੋਕ ਐਡੀ ਫੱਕ ਹੋਈ ਨਾ ਸਾਲੀ ਗੱਲ ਨਹੀਂ ਬਾਤ ਨਹੀਂ ਕੋਈ। Oh thank you. Oh thank you. ਬਾਬੇ 11 ਹੋ ਗਏ। ਸੱਚਾ ਪਾਸ਼ਾ ਚੱਕ ਟ੍ਰੇਡ। ਬਾਬੇ ਮੈਨੂੰ ਆ ਚਾਹੀਦਾ ਯਾਰ। ਜੇ ਪ੍ਰਾਹੂੰਗਾ ਤਾਂ। ਪਰ ਬਾਬੇ ਕੀ ਕਰਾਂ? ਬਾਬੇ ਪਨੀਸ਼ਰ ਚੱਕ। Your invite you must space attach before you can trade. ਸਪੇਸ ਵਿੱਚ ਆਪੇ ਬਣਾ ਲੈਣੀ ਆ ਤੁਸੀਂ ਸਪੇਸ ਦੀ ਟੈਨਸ਼ਨ ਨਾ ਲਓ। ਆ ਗਿਆ ਨਾ ਆ ਗਿਆ ਪਿਸਤੌਲ ਟ੍ਰੇਡ ਆਈਟਮ ਯੈਸ ਐ ਦਾ ਐਮਓ ਵਿਲ ਪੈਨਟਰੇਟ ਇਟ ਜਸਟ ਅਬਾਊਟ ਐਨੀਥਿੰਗ ਮੈਂ ਖਾ ਠੀਕ ਆ ਜੀ ਠੀਕ ਆ ਇਹ ਰਾਉਂਡ ਕੱਟ ਜੇ ਲੋਸ ਨੂੰ ਇਹ ਮੈਂ ਸਰਚ ਮਾਰਨਾ 1 ਮਿੰਟ ਮੈਨੂੰ ਪਿਸਤੌਲ ਚੈੱਕ ਕਰਨ ਦੇ ਮੜ ਜਾ ਉਹ ਯਾਰ ਉਹ ਕਿੱਦਾਂ ਕਰਦੇ ਹੁੰਦੇ ਆ ਕਿ ਉਹ ਉਹਦੇ ਚ ਕਿੰਨੀ ਪਾਵਰ ਉਹਦੇ ਚ ਕਿੰਨੀ ਪਾਵਰ ਹਾਣਾ ਉਹ 1 ਮਿੰਟ ਮੈਂ ਦੇਖਣੀ ਹੈ ਇਹਦੇ ਕੋਲ tune up uh... a well tuned weapon can make up for a lack of skill ਇਹ ਦੀ ਹੈਗੀ ਪਾਵਰ 240 ਉਹਦੀ ਹਜੇ ਸਟਾਰਟਿੰਗ ਚ 90 ਆ 10 ਰੀਲੋਡ 1 ਵੀ 1 10 ਪ੍ਰੀਸੀਜਨ 1 ਇਹ ਹੈਂਡ ਗਨ ਕੰਬੈਟ ਹਾਈ ਪਰਫਾਰਮੈਂਸ ਗਨ ਪੈਨਡ ਕੰਪੈਟੀਬਲ ਵਿਦ ਦ ਲੇਜ਼ਰ ਲਾਈਟ ਬਾਬੇ ਕੀ ਕੀਤਾ ਜਾਵੇ ਸਾਲੀਆਂ ਤਰੀਫਾਂ ਦਾ ਉਹਦੀਆਂ ਵਧੀਆਂ ਕਰਨ ਦੇ ਆ। ਤੇਲਾ ਸੇਲੇ ਕਰਦੇ ਖੜਾ ਆਪਣੇ ਕੋ ਕੀ ਕੀ ਆ। A deal well struck. <laughs> Don't get yourself. ਯਾਰਾ ਜਿਹੜੇ ਸਾਹਬ ਨਾਲ ਗੰਦਾ ਜਿਹਾ ਹੱਸਦਾ ਨਾ ਮੈਨੂੰ ਇਹ ਤੇ ਕਚੀਤੀ ਦੀ ਆ ਜਾਂਦੀ ਆ। ਚੱਕ ਉਹ ਹਰਾ ਲਾਉਣਾ ਹਰਾ 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 ਹਰਾ। ਕਿੰਨੇ ਦਾ ਬਣ ਗਿਆ 73000 ਦਾ। ਅ ਅੱਛਾ ਲਾਲ ਹਰਾ ਇਦਾਂ ਜੇ ਪੰਜ ਜੈਮਸਟੋਨ ਪੰਜ ਰੰਗ ਦੇ ਲਾਉਣੇ ਆ 1 2 3 5 ਦੇ ਲਾ ਦਿੱਤੇ ਸਹੀ ਆ ਪ੍ਰੀਟੀ ਮੱਚ ਸਹੀ ਆ ਇਹਦੇ ਚ ਬਾਬੇ ਲੱਗਣੇ ਆ ਇਹ ਕਾ ਲਾ ਦਿੰਨੇ ਆ ਇੱਕ ਲਾਲ ਲਾ ਦਿੰਨੇ ਆ ਹਜੇ ਇਹ ਨਹੀਂ ਵੇਚਣਾ ਆਪਾਂ ਹੁਣ ਚੰਦਰੀਆ ਚੱਕ ਤਾਂ ਆਜਾਕ ਤੂੰ ਮੜ ਜਾ ਤਿਹਤਰ ਹਜ਼ਾਰ ਆ ਕੀ ਆਕ ਥੈਂਕ ਯੂ ਉਹ ਭਾਈ ਇਹ ਨਾ ਗੰਦਾ ਜਿਹਾ ਨਾ ਹੱਸਿਆ ਕਰੋ ਬਾਬੇ ਮੈਂ ਆ ਬਰੋਕਨ ਬਟਰਫਲਾਈ ਬਾਏ ਕਰਨਾ ਚਾਹੁੰਨਾ ਯਾਰ ਯਾਰ ਮੈਨੂੰ ਸਮਝ ਨਹੀਂ ਲਾਦੀ ਮੈਂ ਕਰਾਂ ਕੀ ਮੈਨੂੰ ਪਤਾ ਨਹੀਂ ਮੈਂ ਕੀ ਕਰ ਲਿਆ ਬਟ ਕੁਛ ਤਾਂ ਕਰ ਲਿਆ ਇਹਦੀ ਬਾਬੇ ਪਾਵਰ 240 ਉਹਦੀ ਹੈਗੀ 190 ਬਾਬੇ ਮੈਨੂੰ ਸੱਚੀ ਨਹੀਂ ਪਤਾ ਲੱਗਣਿਆ ਮੇਰੇ ਹੱਥ ਪਤਾ ਹੀ ਨਹੀਂ ਮੈਨੂੰ ਪਤਾ ਨਹੀਂ ਲੱਗ ਰਿਹਾ ਬਾਬੇ ਹੋ ਕੀ ਰਿਹਾ ਇਫ ਯੂ ਵਾਂਟ ਅ ਫਾਈਟਿੰਗ ਚਾਂਸ ਆਊਟ देयर ਯੂ ਬੈਸਟ ਸ਼ੂਨ ਅਪ ਯੋਰ ਕਿਡਸ ਉਹ ਲੈ ਬੀ 올 ਦੈਨ ਬਾਬੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਦੀ ਯਾਰ ਸਮਝਾਓ ਮੜ ਜਾ ਬਾਈ ਬਰੋਕਨ ਬਟਰਫਲਾਈ 15 ਐਮਓ ਕਪੈਸਿਟੀ ਯਾਰ ਗੋਲੀਆਂ ਕਿੱਥੇ ਇਹਦੇ a new gun stranger my save your life o tu chop pata kar salya tere mein laama tere chaate je babbe mein erun peechha da ma ye di sali di power bhi aa ehde jeep penetration power hegi aa shot da na rakhi rakhde aa register to shortcut एक्सक्यूज मी लाबा बे ਆਪਾ ਹੁਣ ਚੱਕ ਲਿਆ ਪਨੀਸ਼ਰ ਜੇ ਇਹ ਵਧੀਆ ਹੋਇਆ ਤਾਂ ਦੂਜਾ ਆਪਾ ਦੇਣਾ ਵੇਚ ਯਾਰ ਮੈਨੂੰ ਸਮਝ ਨਹੀਂ ਲੱਗਣ ਦੀ ਮੈਂ ਕਰਾਂ ਕੀ ਬਾਬੇ ਹੁਣ ਇੱਕ ਮਿੰਟ ਓਏ ਰਜਿਸਟਰ ਟੂ ਸ਼ਾਰਟਕਟ ਸਾਰੇ ਤਰ੍ਹਾਂ ਦੇ ਰਜਿਸਟਰ ਬੁੱਕ ਆ ਉਹਨੂੰ ਲਾ ਇਹਨੂੰ ਲਾ 2 ਨੰਬਰ ਤੇ ਕਿਉਂਕਿ ਉਹ ਗਨ ਚ ਤਾਂ ਹੁਣ ਗੋਲੀਆਂ ਹੀ ਹਨੀਗੀਆਂ ਹਨਾ ਹਜੇ ਕਿਸੇ ਕੰਮ ਦੀ ਨਹੀਂ ਗਈ ਉਹ ਬਟ ਇਹਨੂੰ ਲਾਰਜਿਸਟਰ ਟੂ ਸ਼ਾਰਟਕਟ 8 ਤੇ ਠੀਕ ਹੈ ਬਾਬਾ ਜੀ 1 2 1 2 1 2 1 2 1 2 1 2 ਸੋ ਲਵ ਮੈਟਰ ਸੌਰੀ ਯਾਰ ਥੋੜੀ ਜੀ ਗਲਤੀ ਹੋ ਗਈ ਬਾਬੇ ਤੁਹਾਨੂੰ ਵੀ ਲੱਗਾ ਹੋਣਾ ਕਿ ਕੀ ਜੱਕੜ ਦੀ ਮਾਰੀ ਜਾਂਦਾ ਆ ਪਰ ਬਾਬੇ ਇਟ ਇਜ਼ ਅ ਨੈਸੈਸਰੀ ਆ ਜਾਓ ਫਿਰ ਮੇਟਰ ਆ ਅੱਛਾ ਕੈਚ ਕਰਨੀ ਪੈਣੀ ਆ ਆ ਜਾ ਚੰਦਰੀਏ ਤੈਨੂੰ ਬੋਚ ਲਵਾ ਜਿਵੇਂ ਬਾਈ ਜੀ ਜਾਮਣ ਵਿੱਚੀ ਦੀ ਹੁੰਦੀ ਐ ਬਚ ਲਈ ਆਪਾਂ ਸ਼ਾਟ ਹੀ ਗਿਆ ਇੱਥੇ ਕਾਮਾ ਮਿੱਤਰੋ ਕੋਈ ਤੱਤਾ ਹੀ ਹੋਣ ਵਾਲਾ ਸ਼ਾਰਟ ਗਨ ਦੇ ਸ਼ੈਲ ਵੀ ਮਿਲ ਗਿਆ ਰੀਲੋਡਈਆ ਰੀਲੋਡਈਆ ਓਏ ਕੰਦ ਅਮਰੀਕਾ ਦੇ ਬਾਡਰ ਦੀ ਕੰਨ ਤੁਹਾਡੇ ਸਾਹਮਣੇ ਸਾਰੇ ਉਹ ਦੇਖਣ ਨੂੰ ਮਿਲ ਸਕਦੀ ਹੈ ਜੇ ਕਿਸੇ ਨੂੰ ਨਹੀਂ ਦਿੱਕਤ ਹੈ ਤਾਂ ਤੁਸੀਂ ਦੇਖ ਸਕਦੇ ਆ ਕੰਮ ਮੇਰੀ ਕਰੀ ਕੰਨ ਦੇਖ ਲਈ ਸਿੱਧੂ ਸਾਹਿਬ ਦੇ ਚੈਨਲ ਤੇ ਆ ਕੇ ਸਬਸਕ੍ਰਾਈਬ ਕਰੋ ਕਹਿੰਦੀ that's a left ਕਹਿੰਦੀ oh, if we something could something about this wall ਕਹਿੰਦੀ ਆਪਾਂ ਕੁਝ ਕਰ ਸਕਦੇ ਆ ਤੇ ਬੱਸ ਕਰ ਆ ਸਾਲੀ ਐਡੀ ਕ੍ਰੇਨ ਖੜੀ ਆ ਆ ਜਾ ਇਹਨਾਂ ਭੰਦੇ ਆ ਕਹਿੰਦਾ ਰੈਕਿੰਗ ਬੋਲ ਸ਼ਾਬਾਸ਼ ਪਿਸ਼ਵਾੜਾ ਦਿਖਾਰ ਕੇ ਅਗਲੀ ਕ੍ਰੇਨ ਪਰ ਚੜ ਗਈ ਕਹਿੰਦੀ ਆਈ ਗਾਰਡ ਦੇਸ ਦਲੇਰੀ ਅਮਰਤ ਵਾਲੀ ਦੀ ਕਹਿੰਦੀ ਯੂ ਸੀਰੀਅਸ ਚਾਲ ਸਸਰਾਲ ਗੈਂਡਾ ਫੂਲ ਘੁਮਾ ਕੇ ਮਾਰ ਸਾਲੀਏ ਬਾਬੇ ਦਲੇਰ ਐ ਕੁੜੀ ਦਲੇਰ ਮੈਨੂੰ ਲੱਗਦਾ ਕੁੜੀ ਪੰਜਾਬ ਤੋਂ ਹੈ ਹਾਂ ਡਰਾਈਵਰ ਸੈਟ ਕੀ ਹੁੰਦਾ ਅੱਛਾ ਐਜੂਕੇਸ਼ਨ ਗੈਂਦੀ ਪਿੱਛੇ ਹੋ ਜਾ ਪਿੱਛੇ ਮੈਂ ਵੀ ਰੁਮਾਲ ਸਹੀ ਗੱਲ ਸਾਲੀਏ ਮੇਰੇ ਆਲੂ ਹੀ ਨਾ ਮਾਰੀ ਹੁਣ ਆ ਤੇਰੀ ਭਾ ਨੂੰ ਕਮਾਈ ਮਸ਼ੀਰ ਆ ਤੇਰੀ ਜੀ ਗਲੇਲ ਖਿੱਚਦੀ ਕੁੜੀ ਨੇ ਪੱਛੇ ਨੂੰ ਆ ਘੁਮਾ ਕੇ ਜੇ ਅੰਬੂਜਾ ਸੀਮੈਂਟ ਸੇ ਬਣੀ ਹੋਈ ਕੰਦ ਹੈ ਜੇ ਐਸੇ ਨਹੀਂ ਟੁੱਟਦੀ ਅੰਬੂਜਾ ਸੀਮੈਂਟ ਕਰ ਕਰ ਮੇ ਲੈ ਆ ਗਿਆ ਕੰਦ ਬਚਾਉਣ ਮੇਰੇ ਸਾਲੇ ਦੇ ਲਿਓਨ ਤੂੰ ਮੈਂ ਕਿਹਾ ਟੈਨਸ਼ਨ ਆ ਲੈ ਇੱਕ ਨੰਬਰ ਵਾਲਾ ਪਿਸਤੌਲ ਕੱਢ ਲਿਆ ਉਹ ਤੇਰੀ ਭੈਣ ਨੂੰ ਆ ਕੇ ਨੇ ਮਾਰਿਆ ਆ ਭਾਈ ਖਾਇਓ ਤੁਸੀਂ ਆਰੇ ਖਾਈ ਖਾਈ ਲਾਤਾ ਛੱਡ ਤੇਰੀ ਮਾਂ ਨੂੰ ਤੇਰੀ ਨੂੰ ਭਾਜੀ ਆ ਕੀ ਕੱਢ ਲਿਆ ਤੁਸੀਂ ਮੱਕੜੀ ਓਏ ਮੱਕੜੀ ਓ ਮੱਕੜੀ ਉਪਰਾਵਾ ਤੂੰ ਛੱਤਰ ਖਣੇ ਆ ਓਏ ਬਾਬੇ ਆਦਾ ਸ਼ੱਟ ਜੀ ਗਾਨ ਹੈ ਪਰ ਇਹਨਾ ਮੈਂ ਕਿ ਨਾ ਬੰਦੇ ਮਰੀ ਨਹੀਂ ਜਾਂਦੇ ਓਏ ਉਹ ਕਿੱਥੇ ਗੋ ਸਾਲਿਆ ਤੂੰ ਕੁੜੀ ਛੱਡ ਸਾਡੀ ਬਾਬੇ ਮੈਨੂੰ ਨਹੀਂ ਪਤਾ ਲੱਗਣ ਡਿਆ ਕਿੱਧਰੋਂ ਗੋਲੀ ਆਉਣ ਦੀ ਤੇ ਕਿੱਧਰੋਂ ਨਹੀਂ ਆਉਣ ਦੀ ਚਾਰੇ ਪਾਸੇ ਮੈਂ ਖਾ ਬੰਦੇ ਬੰਦੇ ਹੋਏ ਪਏ ਆ ਤੇਰੀ ਭੈਣ ਨੂੰ ਤੇਨੂੰ ਕੁੱਤੇ ਆ ਓਏ ਭੱਜ ਭੱਜ ਨਿੱਜਰਾ ਭੱਜ ਓਏ ਮੱਕੜੀ ਨਾ ਚੜਾ ਲਿਓ ਆਪਣੇ ਤੇ ਓਏ 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 ਭਰਾਵਾ ਸ਼ੂਰਾ ਮਾਰੇ ਤੇ ਵਾਹ ਗੈਂਡ ਆ ਗਿਆ ਗੈਂਡਾ ਆ ਗਿਆ ਗੈਂਡਾ ਕਿੱਥੋਂ ਆ ਗਿਆ ਉਹ ਗੈਂਡੇ ਇੱਧਰ ਆ ਇੱਧਰ ਆ ਇੱਥੇ ਆ ਕੇ ਤੈਨੂੰ ਫੋਲ ਕਾ ਦੇਵਾ ਗੈਂਡੇ ਛੇਤੀ ਆ ਇੰਨਾ ਟਾਈਮ ਨਹੀਂ ਮੇਰੇ ਕੋ ਆਜਾ ਆਜਾ ਕੱਢ ਤੇਰੀ ਅੰਮਾ ਨੂੰ ਤੇਰੀ ਨੂੰ ਚੱਕ ਸਾਲੇ ਦੇ ਗਾਟਾ ਲਾਤਾ ਮਰ ਗਿਆ ਮਰ ਜਾ ਪਿਆ ਰੇ ਤਾ ਉਹ ਮਰੇ ਆਇਆ ਭਰਾਵਾ ਮਰੇ ਉਹਦੇ ਬੋਲਟਾ ਫੂਕੀ ਜਾਂਨਾ ਬਟ ਯੂ ਆਰ ਟਾਕਿੰਗ ਅਬਾਊਟ ਓ ਬਾਬੇ ਆ ਗਨ ਨਾਲ ਉਹ ਮਿੰਟ ਚੀ ਮੂਤਾ ਕਰ ਦਿੰਦੀ ਏ ਉਹ ਬੰਦਾ ਕਹਿੰਦੀ ਹੋਲ ਵੱਡਾ ਹੋ ਜਾ ਰਿਹਾ ਹੈ ਕਹਿੰਦੀ ਆਲਮੋਸਟ ਗੈਟ देयर ਗੁੱਡ ਜੌਬ ਐਸ਼ਲੀ ਯੂ ਆਰ ਪ੍ਰੋ ਮੇਰਾ ਪੁੱਤਰ ਸਾੜੀਏ ਮੇਰੇ ਹੀ ਨਾ ਮਾਰੀ ਚੱਲ ਚੱਲ ਥਰੈਰ ਇ ਗੋ ਚੱਲ ਚੱਲ ਹਾਈ ਹਾਈ ਕੀ ਹੋਈ ਜਾਂਦੀ ਆ ਉਹ ਤੇਰੀ ਭੈਣ ਨੂੰ ਉਹ ਬੱਡਿਆਸਲਾ ਲੈ ਕੇ ਚੜ ਗਿਆ ਚੋਬਰ ਹਾਈ ਹਾਈ ਮੱਕੜੀਆਂ ਬਾਬੇ ਬੰਦਿਆਂ ਤੇ ਚੜਨੇ ਉਹ ਤੇਰੀ ਭੈਣ ਨੂੰ ਕਿੰਨੀਆਂ ਹੀ ਆਈਆਂ ਆਈਆਂ ਕਿਧਰੋਂ ਫੱਕ ਬਾਬੇ ਉਹਨੇ ਕੁੜੀ ਚੱਕ ਲਈ ਉਧਰ ਓ ਯਾਰ ਏ ਮੱਕੜੀਆਂ ਓਏ 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 ਹੋਏ 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 ਓ ਪ੍ਰਾਵਾ ਗਨ ਕੱਢ ਤੇਰੀ ਭੈਣ ਨੂੰ ਖੜ ਜਾ ਹਰ ਓਏ ਮੈਂ ਖਾ ਚਲਾਤੀ ਮੁੰਡੇ ਨੇ ਓਏ ਦੇਖਦਾ ਨਹੀਂ ਆਲਦ ਵਾਲਾ ਓ ਨਹੀਂ ਕੰਮ ਹੀ ਕਰਤਾ ਚੰਦਰਯੋ ਓ ਆਈ 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 ਦਬਲਾ ਪ੍ਰਾਵਾ ਟਾਈਮ ਤੇ ਆਈ ਦਬਲਾ ਓ ਪ੍ਰਾਵਾ ਕੀ ਕਰੀ ਜਾਂਦਾ ਮਾਰਦਾ ਸਹੀ ਉਹਨਾਂ ਦੇ ਫੱਕ ਤੇਰੀ ਮਾਂ ਨੂੰ ਤੇਰਾ ਤਾਂ ਸੰਖ ਪਾੜਾ ਪਹਿਲਾਂ ਬਾਬੇ ਭੱਜ 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 ਇੱਥੋਂ ਭੱਜਣਾ ਪੈਣਾ ਬਾਬੇ ਉਹਨੇ ਐਸ਼ਲੀ ਚੱਕ ਲਈ ਤੇਰੀ ਮਾਂ ਨੂੰ ਤੇਰੀ ਨੂੰ ਉਹ ਬਾਬੇ ਆ ਤਾਂ ਪਿੱਛੇ ਹੀ ਪਏ ਪਏ ਆ ਬਾਬੇ ਮੇਰੇ ਕੋਲ ਹੋਰ ਵੀ ਤਾਂ ਕੋਈ ਗਨ ਸੀਗੀ ਓਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੰਨਾ ਦੇ ਸ਼ਾਰਟਕਟ ਦੇਖਣ ਦੋ ਹਟ ਜਾ ਪਿੱਛੇ ਪੁੱਤੋ ਕੇ ਬਿੱਲੂ ਬਾਬੇ ਆ ਵੀ ਰੀਲੋਡ ਤੇ ਪੈ ਗਈ ਬਾਬੇ ਬਹੁਤ ਮਾਲ ਚੜਿਆ ਆਈ ਬਹੁਤ ਮਾਲ ਚੜਿਆ ਆਈ ਉਹ ਬਾਬੇ ਕੀ ਚਿਚੜੀਆਂ ਨਹੀਂ ਚੜੀਆਂ ਪਈਆਂ ਉਹ ਮਰ ਗਿਆ ਸੋ ਲੋਬੀ ਮਿੱਤਰੋ ਮਾਰਮੁਰ ਕੇ ਦਵਾਰਾ ਸ਼ੁਰੂ ਕਰਨੀ ਪੈ ਗਈ ਐਥੋਂ ਇਹਨਾਂ ਦੀ ਭੈਣ ਨੂੰ ਮੈਨੂੰ ਆਈ ਜਾਂਦੀਆਂ ਇੱਕ ਚੀਚੀਆਂ ਇਹ ਛੇਤੀ ਆ ਜਾ ਹੁਣ ਮੇਰੇ ਚ ਸਬਰ ਹੈ ਨਹੀਂ ਬਾਬੇ ਮੇਰੇ ਚ ਸਬਰ ਜਮੇ ਟੁੱਟ ਗਿਆ ਇਹਨਾਂ ਦੀ ਭੈਣ ਨੂੰ ਇਹਨਾਂ ਦੀ ਨੂੰ ਕੁੱਤਿਆਂ ਦੀ ਨੂੰ ਮੈਨੂੰ ਮੜ ਜੀਆਂ ਗੰਨਾ ਬਾਬੇ ਆ ਤਾਂ 2 ਨੰਬਰ ਤੇ ਮੈਂ ਐਮੀ ਲਾਈਓ ਆ ਇਹਦਾ ਕੋਈ ਫਾਇਦਾ ਨਹੀਂ ਕਿ 2 ਨੰਬਰ ਤੇ ਲਾਉਣ ਦਾ ਇਹਨੂੰ ਲਾ ਮੜ ਜਾ 2 ਨੰਬਰ ਤੇ ਹਨਾ ਕੋਈ ਸਵਾਦ ਤਾਂ ਆਵੇ ਠੀਕ ਹੈ ਜੀ ਆ ਜਾਓ ਫਿਰ ਆ ਬਾਬੇ ਆ ਡਰਮ ਜਹੇ ਐਤ ਕੀ ਪਾੜਨੇ ਨਹੀਂ ਕਿ ਡਰਮ ਜਹੇ ਅਖੀਰ ਦੇ ਵਿੱਚ ਪਾੜਨੇ ਆ ਕਿਉਂਕਿ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਕਿਹੜਾ ਬੰਦਾ ਉਹਨਾਂ ਨਾਲੇ ਬੰਦਿਆਂ ਤੋਂ ਥੋੜਾ ਦੂਰ ਰਹਿ ਕੇ ਥੋੜੀਆਂ ਗੋਲੀਆਂ ਮਾਰ ਰਹੀਆਂ ਮੈਂ ਸਟ੍ਰਾਈਟਰ ਜੀ ਮੈਂ ਕਿਹਾ ਪੂਰੀ ਫਿਰਸ ਕਰ ਲਈ ਆ ਤੇ ਬਾਬੇ ਮੱਕਣੀਆਂ ਜਿੱਥੋਂ ਆਉਂਦੀਆਂ ਨਾ ਉਹ ਪਹਿਲੇ ਹੀ ਪੱਟ ਦੇਣੀਆਂ ਆ ਯਾਰਾ ਗਰਨੇਡ ਹੁਣ ਹੈਂਡ ਗਨ ਦੇ ਤਾਂ ਬਹੁਤ ਆ ਮੈਗਨਮ ਦੇ ਜਿਆਦੇ ਚਾਹੀਦੇ ਆ ਸ਼ਾਰਟ ਗਨ ਦੇ ਬਣਾ ਲਾ ਠੀਕ ਹੈ ਜੀ ਹੁਣ ਇੱਕ ਬਣਾਇਆ ਛੇਤੀ ਛੇਤੀ ਕਰਕੇ ਚੱਲ ਚੱਲ ਛੇਤੀ ਸਨਮੈਟਿਕ ਲਗਾ ਰਣੇ ਮੁੰਡੇ ਤੁਹਾਡਾ ਬਿਲਕੁਲ ਟਾਈਮ ਨਹੀਂ ਖਰਾਬ ਕਰਾਉਣਾ ਯਾਰ ਗੇਮ ਦੇ ਵਿੱਚ ਮਰਦਾ ਬਾਬੇ ਬੰਦਾ ਜਾਂਦਾ ਹੀ ਹੁੰਦਾ ਯਾਰ ਹੁਣ ਇਦਾਂ ਨਾ ਕਹੋ ਕਿ ਨਹੀਂ ਮਰਦਾ ਹਨਾ ਹੋਰ ਬਾਬੇ ਇਕਦਮੀ ਉਹ ਬੰਦੇ ਆ ਕੇ ਦੂਰੋਂ 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 ਰਹਿ ਕੇ ਦੂਰੋਂ ਰਹਿ ਕੇ ਫੇਟ ਕਰਨੀ ਆ ਪਾ ਪੂਰੀ ਚੱਲ ਯਾਰ ਇਹਨਾਂ ਟਾਈਮ ਨਾਲ ਆ ਓਏ ਚੱਕ ਬਾਬੇ ਉਹਦੇ ਵੀ ਨਾਲ ਫਰੀ ਦੀ ਲੱਤ ਵੱਜੀ ਹਨਾ ਬਾਬੇ ਥੋੜਾ ਦੂਰ ਰਹਿ ਕੇ ਦੂਰ ਰਹਿ ਕੇ ਬੰਦੇ ਆ ਤੋ ਲੜਨ ਆਇਆ ਕੋਈ ਗੱਲ ਨਹੀਂ ਚੱਲ ਚੱਲ ਐਸ਼ਲੀਆ ਤੂੰ ਪਟਾਕਾ 48 ਚੱਲ ਕਾਬਰਨਾ ਚੱਕ ਬਾਬੇ ਜਿਹੜੀ ਸਮਾਰਟ ਤਰੀਕੇ ਨਾਲ ਗੇਮ ਖੇਡ ਲੈਣੀ ਨਾ ਉਹਦੇ ਨਾਲ ਦੀ ਰੀਸ ਨਹੀਂ ਗਈ ਉਹਦੇ ਨਾਲ ਦੀ ਰੀਸ ਨਹੀਂ ਗਈ ਚੋਬਰ ਉਹਦੇ ਨਾਲ ਦੀ ਰੀਸ ਨਹੀਂ ਗਈ ਉਹ ਕੱਟਾ ਜਾ ਕਿਤੇ ਕਿੱਲੇ ਆ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾਲ ਟੈਨਸ਼ਨ ਨਾਲ ਤੂੰ ਦਬੀ ਰਹਿ ਤਾੜ ਤੇਰੀ ਮਾਂ ਨੂੰ ਮੈਂ ਕਹ ਤੂੰ ਕਬਰਾ ਨਾ ਬਿਲਕੁਲ ਵੀ ਉਹ ਤੇਰੀ ਪੈਣ ਨੂੰ ਬੰਮ ਪਾਇਆ ਉਹ ਕੱਟੇ ਇੱਧਰ ਆ ਉਹ ਲੱਗੀ 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 ਆਗ ਉਹਦੇ ਤੇਰੀ ਮਾਂ ਮਾਰ ਗਿਆ ਕੱਟਾ ਮਾਰ ਗਿਆ ਕੱਟਾ ਮਾਰ ਗਿਆ ਤੇਰੀ ਭੈਣ ਤੇਰੀ ਨੂੰ ਬਾਬੇ ਮੈਂ ਫੋਕਸ ਕਰ ਲੈਣਾ ਤਾਂ ਹੁਣ ਇਹਨਾਂ ਨੂੰ ਮੈਂ ਗੇਮਰ ਬਣ ਕੇ ਦਿਖਾ ਲਦਾ ਸਾਲਿਆਂ ਨੂੰ ਤੇਰੀ ਮਾਂ ਨੂੰ ਤੇਰੀ ਨੂੰ ਬਾਬੇ ਇਨੀਆਂ ਬੋਲਟਾਂ ਇਨੀਆਂ ਬੋਲਟਾਂ ਸਿੱਧੂ ਸਾਹਿਬ ਕੀ ਕਰ ਰਹੇ ਹੋ ਤੇਰਾ ਖੋਪੜਾ ਪਾੜਦਾ ਹੀ ਨਹੀਂ ਸਾਲਿਆਂ ਓਏ ਚੱਲ ਚੱਲ ਮੜ ਜਾ ਬਚ ਕੇ ਪੁੱਤਰਾ ਬਚ ਕੇ ਪੁੱਤਰਾ ਬਚ ਕੇ ਬਾਬੇ ਮੈਨੂੰ ਬੋਲਟਾਂ ਦੀ ਲੋੜ ਆ ਮੈਨੂੰ ਬੋਲਟਾਂ ਦੀ ਲੋੜ ਆ ਬੜਾ ਧੱਕਾ ਡੋਨਟ ਡੂ ਥੈਟ ਵਿਦ ਮੀ ਬਾਬੇ ਬੋਲਟਾਂ ਕਿੱਥੇ ਕਿੰਨੀਆਂ ਦੂਜੇ ਪਿਸਤੌਲ 'ਚ ਕਿੰਨੀਆਂ ਬੋਲਟਾਂ ਆ ਦੂਜੇ ਪਿਸਤੌਲ 'ਚ 11 ਹੈਗੀਆਂ ਤਾਂ ਆਪਾਂ ਮੁੜ ਕੇ ਦੂਜਾ ਚੱਕ ਲੈਣਾ ਇਹਦੇ ਚ ਪੁਲਿਸ ਪੁਲਿਸ ਮੂਝੇ ਪੂਰ ਬਹੁਤ ਬਹੁਤ ਸਾਲੇ ਮੇਰੇ ਜਿ ਬਿਹੜਿਆਂ ਦੇ ਉਹ ਦੇਖ ਬਾਬੇ ਬੋਲਟਾ ਨਹੀਂ ਪਾਉਂਦਾ ਬਾਬੇ ਰੈੱਡ ਹਾਰ ਵੀ ਮਿਲ ਗਈ ਆਪਾਂ ਨੂੰ ਉਹ ਯਾਰ ਉਹ ਭੁੰਡੀਆਂ ਇਆਂ ਕਿੱਥੋਂ ਆਈਆਂ ਥੁਣੂ ਮੈਨੂੰ ਪਤਾ ਲੱਗਣ ਮੜ ਜੀਆਂ ਉਹ ਬਾਬੇ ਲੈ ਆਤਾ ਉਹ ਪੱਟ ਤੇ ਮਾਰੀ ਤੇ ਇੱਕ ਨਾਈਟ ਹੈ ਕਿ ਪੈਂਦੇ ਆ ਪਰਾਵਾ ਕਿੱਥੇ ਭੱਜੀ ਜਾਂ ਨਾ ਚਿੱਟੜਪਾੜ ਤੋਂ ਸੜਦੇ ਆ ਬਾਬੇ ਬਹੁਤ ਖਤਰਨਾਕ ਮਾਰਦਾ ਓਏ ਓਏ ਉਹਦੇ ਕੋ ਬਾਬੇ ਉਹ ਗਾਨਿਆਂ ਤੇਰੀ ਭੈਣ ਨੂੰ ਤੇਰੀ ਨੂੰ ਚੱਕ ਸਾਲਿਆ ਬਾਬੇ ਕੁੜੀ ਮਰਾਉਣੀ ਆ ਸੀ ਕੁੜੀ ਮਰਾਉਣੀ ਔਰੇ ਆ ਕਿੱਧਰੋਂ ਆਉਂਦੀਆਂ ਯਾਰ ਮੈਨੂੰ ਇੱਕ ਵਾਰੀ ਪਤਾ ਦੱਸੋ ਮੜ ਜਾ ਇਹਨਾਂ ਦਾ ਔਰੇ ਓਏ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਮੈਨੂੰ ਸਾਲਿਆ ਪੱਬੂ ਜਾ ਫੜ ਲੈਣ ਦੇ ਖੜ ਤੇਰੀ ਮਾਂ ਨੂੰ ਤੇਰੀ ਨੂੰ ਓ ਬਾਬੇ ਬਹੁਤ ਆ ਬਹੁਤ ਆ ਭੰਜੀ 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 1 ਮਿੰਟ ਇਹਨਾਂ ਸਾਲੀਆਂ ਨੂੰ ਮੈਂ ਦੱਸਦਾ ਇੱਧਰ ਆਓ ਮੇਰੇ ਮਗਰ ਆਓ ਮੇਰੇ ਮੇਰੇ ਮਗਰ ਆਓ ਮਰੀਆਂ ਮਰੀਆਂ ਓਏ ਤੂੰ ਕੌਣ ਹੈ ਬੇ ਕੁੱਤੇ ਕੀ ਯਾਤ ਖੜ ਖੜੇ 1 ਮਿੰਟ 1 ਮਿੰਟ 1 ਮਿੰਟ ਖੜ ਖੜੇ 1 ਮਿੰਟ ਖੜਾ ਬਰਾਬ ਛੱਡੀ 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 ਯਾਰ ਮੇਰੀ ਦੁਬਾਰਾ ਗੇਮ ਸ਼ੁਰੂ ਹੋ ਜਾਣੀ ਆ ਭੱਜ ਭੱਜ 1 ਮਿੰਟ ਥੋ ਭੱਜ 1 ਮਿੰਟ ਮੇਰੀ ਗੇਮ ਨਹੀਂ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਐਸ ਲਈ ਇਹ ਕਬਰਾਂ ਨਾ ਹੁਣ ਤੇਰੀ ਭੈਣ ਨੂੰ ਕੁੱਤਿਆ ਉਹ ਵੀ ਚੱਕ ਲਿਆ ਚੱਲ 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 ਸਿੱਧੂ ਸਾਹਿਬ ਸਹੀ ਆ ਸਹੀ ਆ ਜਮਾਈ ਸਹੀ ਆ ਆਰੇ ਖੱਟ ਤੇਰੀ ਮਾਂ ਨੂੰ ਤੇਰੀ ਨੂੰ ਬਹੁਤ ਸੋਹਣਾ ਬਹੁਤ ਸੋਹਣਾ ਸਿੱਧੂ ਸਾਹਿਬ ਬਹੁਤ ਸੋਹਣਾ ਮੈਂ ਕਿਹਾ ਅੱਤ ਕਰਾਈ ਜਾਨੇ ਤੁਸੀਂ ਅੱਤ ਉਈ ਇਹ ਸਾਲੀਏ ਪੁੜਾ ਜਾ ਨਾ ਮਾਰੀ ਜੈਸ ਹੁਰ ਇਹਨਾਂ ਦੀ ਭੈਣ ਨੂੰ ਹਾਏ ਓਏ ਚਪਲ ਜੀ ਹਾ ਇਹ ਤਾਂ ਤੇ ਵੱਜ ਗਈ ਹੱਥ ਤੇ ਵੱਜ ਗਈ ਵੂ ਸ਼ਟਮ ਸ਼ਟ ਕਮ ਹੋ ਗਿਆ ਬਾਬੇ ਪਨisher ਆਈ ਲਾਈਕ ਪਨisher ਗੋੜੀਆਂ ਗੂਲੀਆਂ ਆਪਣੇ ਕੋਲ ਬਹੁਤ ਐ ਆਪਣੇ ਕੋ ਚਲਾਉਣ ਦਾ ਹੀ ਮੌਕਾ ਨਹੀਂ ਸੀ ਲੱਗ ਰਿਹਾ ਬਸ ਯਾਰਾ ਗਲਤ ਗੱਲਾਂ ਨਾ ਰੀਲੋਡ ਨਹੀਂ ਕਰਦਾ ਅੱਛਾ ਮੈਂ ਈ ਦੱਬੀ ਜਾਣਾ ਗਲਤ 2 ਰੀਲੋਡ 3 ਰੀਲੋਡ 4 ਰੀਲੋਡ 5 ਰੀਲੋਡ 5 ਰੀਲੋਡ ਕਰਸ ਆ ਲਿਆ ਬਾਬੇ ਥੋੜਾ ਜਿਹਾ ਮੇਰਾ ਵੀ ਦਿਮਾਗੀ ਸਰਤੋਲਨ ਲੱਗ ਗਿਆ ਕਿਉਂਕਿ ਗੇਮ ਚੱਲ ਗਈ 1 ਘੰਟੇ ਤੋਂ ਉੱਪਰ ਪਰ ਹੁਣ ਇਦਾਂ ਗੱਲ ਨਹੀਂ ਨਾ ਬਣਨੀ ਗੱਲ ਨਹੀਂ ਨਾ ਪਾਣੀ ਮੈਨੂੰ ਸਮਾਨਾ ਚੱਕ ਲੈਣ ਦਿਓ ਬਾਬੇ ਬਹੁਤ ਬੰਦਾ ਠੋਕਿਆ ਇਹਦੀ ਪੁਆਇੰਟ ਨੂੰ ਓਏ ਸਦੂ ਸਾਬ ਆਤੀ ਕਰਾਤੀ ਆਗੀ ਕੜਤੀ ਚੰਦਰਿਆ ਆਗੀ ਕੜਤੀ ਲੈ ਤਾਂ ਹਰਮਾਂ ਦੇ ਢੇਰ ਲੱਗੇ ਪਿਆ ਯਾਨੀ ਕਿ ਇਹ ਵੱਡੀ ਫੈਟ ਕੀਤੀ ਆਪਾਂ ਹਜੇ ਤਾਂ ਪੀਪੇ ਤਾਂ ਪਾੜੇ ਹੀ ਨਹੀਂ ਹਜੇ ਬਾਬੇ ਪੀਪੇ ਨਹੀਂ ਪਾੜੇ ਯਾ ਆ ਜਾ ਸਾਲੀ ਹੁਣ ਵਿਚੀ ਬੈਠੀ ਰਹੂੰਗੀ ਨਹੀਂ ਕਹਿੰਦੀ ਡਿਡ ਯੂ ਸੀ ਮੀ ਤੂੰ ਮੈਨੂੰ ਨਹੀਂ ਦੇਖਿਆ ਸਾਲੀ ਤੇਰੇ ਸਾਰੇ ਖਸਵਾ ਨਾ ਕੱਲਾ ਲੜਿਆ ਮੈਂ ਬਿੱਦੂ ਮੱਕੜੀਆਂ ਇਤੋਂ ਸਮਾਨ ਚੱਕ ਲਿਆ ਮੈਂ ਉਧਰੋਂ ਰਿੰਦਾ ਥੋੜ ਜਾ ਕੋਈ ਨਹੀਂ ਮੈਂ ਸਮਾਨ ਚੱਕਿਆ ਸੋ ਮੁੰਡਿਓ ਜੇ ਤੁਸੀਂ ਹਜੇ ਤੱਕ ਇੱਥੇ ਤੱਕ ਗੇਮ ਦੇਖ ਲਈ ਬਾਜੀ ਤੁਹਾਨੂੰ ਵਧੀਆ ਲੱਗੀ ਤਾਂ ਮੇਰੇ ਵੀਰੋ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਬਾਜੀ ਹੱਲਾ ਸ਼ੇਰੀ ਦੰਦੇ ਰਹਿੰਦੇ ਆ ਕਰ ਰੋ ਕਿਉਂਕਿ ਵਧੀਆ ਜੀ ਹੁੰਦੀ ਹੱਲਾ ਛੇਰੀ ਗਨ ਪਾਊਡਰ ਆ ਪਿਆ ਇੱਕ ਥੋੜਾ ਮੈਂ ਸਾਲਾ ਗੰਨਾ ਦੇ ਵਿੱਚ ਬਾਪੇ ਕਨਫਿਊਜ਼ ਹੋਇਆ ਗਲਤੀ ਮੇਰੀ ਵੀ ਨਹੀਂ ਹੈਗੀ ਕਿਉਂਕਿ ਹੁਣ ਗੰਨਾ ਆਵਾ ਗੌਣ ਤਾਂ ਚੱਕ ਲਈਆਂ ਆ ਉਹਦੀ ਇੱਕ ਗੋਲੀ ਰਹਿੰਦੀ ਉਹ ਮਾਰ ਕੇ ਉਹ ਵੀ ਆਪਾਂ ਕੰਮ ਨਿਬੇੜ ਦੇਣਾ ਆ ਉਹਨੂੰ ਦੇਵਾ ਕੇ ਸਟੋਰ ਦੇਵਾ ਕਿੱਥੇ ਕੰਦ ਪਾੜੀ ਥਾਲੀਏ ਤੈਂ ਅੱਛਾ ਉਹ ਕੰਦ ਪਾੜੀ ਆ ਬਾਪੇ ਫਲੈਸ਼ ਗ੍ਰੇਨੇਡ ਚੱਕ ਲਈਏ ਆਪਾਂ ਨੂੰ ਲੋਡ ਨਹੀਂ ਗਈ ਲੈਸ ਪੇਸ ਹੀ ਹੈ ਨਹੀਂ ਗਈ ਸੋ ਪਹਿਲੇ ਸਟਾਪਾ ਬਣਾ ਲੈਨੇ ਆ ਚੱਕ ਲੋ ਚੱਕ ਲੋ ਰਬਦਾਨਾ ਲੈ ਕੇ ਫਲੈਸ਼ ਗ੍ਰੇਨੇਡ ਲੱਭਿਆ ਬਾਬੇ ਪਨੀਸ਼ਰ ਖਰੀਦਣ ਦਾ ਮੈਨੂੰ ਲੱਗਦਾ ਆਪਣਾ ਵਧੀਆ ਸੀਗਾ ਉਹ ਆਈਡੀਆ ਡੀਫੀਟ ਦਾ ਸਟਰੋਂਗਥ ਐਟ ਇਨਵਕਸ਼ਨ ਲੈਬ ਮੈਂ ਨਹੀਂ ਜੰਦਾ ਸਾਲੇ ਉਹਨਾਂ ਵਕਸ਼ਨ ਲੈਬ ਦੇ ਵਿੱਚ ਐਨਵਕਸ਼ਨ ਲੈਬ ਕਿੱਥੇ ਆ ਉਹ ਕਾਲਾ ਪ੍ਰਾਵਾ ਸਮਾਨ ਚੱਕ ਲੈਣ ਦੇ ਏਡਾ ਕਾਲਾ ਨਾ ਵਗਿਆ ਕਰ ਤੂੰ ਸਾਡਾ ਸਮਾਨ ਬਹੁਤ ਜ਼ਰੂਰੀ ਆ ਆਬੇ ਉਹ ਮੈਂ ਲੈਂਡ ਮਾਈਨਾਂ ਉਹ ਲੈਂਡ ਲੂਡ ਮਾਈਨਾਂ ਨਾ ਭੇਜ ਦੇਣੀਆਂ ਹੁਣ ਉਹਦੇ ਵਿੱਚ ਜੇ ਦਿਨ ਉਹ ਨਹੀਂ ਰਹੇ ਤਾਂ ਦਿਨ ਇਹ ਵੀ ਨਹੀਂ ਉਰੇਣੇ ਕਰਨਾ ਕੀ ਆ ਅੱਛਾ ਥੱਲੇ ਨੂੰ ਆਉਂਦੀ ਆ ਸੋ ਲਾਭੀ ਮਿੱਤਰੋ ਆਪਣਾ ਬਹੁਤ ਹੀ ਵਧੀਆ ਗੇਮਪਲੇ ਚੱਲਣ ਡਿਆ ਬਾਈ ਜੀ ਮੈਂ ਨਹੀਂ ਚਾਹੁੰਦਾ ਮੈਂ ਗੇਮਪਲੇ ਇਹ ਬੰਦ ਕਰਾਂ ਸੋ ਥੋੜਾ ਜਿਹਾ ਪਟਾਕਾ ਹੋਰ ਹਜੇ ਪੈਂਡ ਦੋ ਮੈਂ ਤਾਂ ਕਹਿਣਾ ਕਰੋਕ ਦੀਏ ਯਾਰ ਬਾਈ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਦੇਖ ਲੈਨੇ ਆਂ ਦੇਖ ਲੈਨੇ ਆਂ ਆ ਚੱਲਣ ਤਾਂ ਦੋ ਜੇ ਥੋੜਾ ਚੱਲ ਚੱਲ ਐਸ ਲਈ ਦੱਬ ਦੇ ਘੜੰਟਾ ਉਨਾਂ ਚਿਰ ਮੈਂ ਆਪਣੀ ਗੰਨਾ ਦੇਖ ਲਵਾਂ ਦੋ ਗੰਨੀ ਮੈਂ ਸੋਚਦੀ ਸੀ ਕਿ ਆਪਾਂ ਇਕੱਠੇ ਕੰਮ ਬਹੁਤ ਦੀਆ ਕਰ ਤੂੰ ਸਾਲੀਏ ਕੁਛ ਨਹੀਂ ਕਰਦੀ ਜੇ ਤੂੰ ਅਸਲੀ ਦੀ ਹੁੰਦੀ ਨਾ ਤਾਂ ਮੈਨੂੰ ਕਹਿੰਦੀ ਕਿ ਸੋਹਣਿਆ ਦਿਨਾਲੀ ਫੜਾ ਦੇ ਇੱਧਰ ਨੂੰ ਵੀ ਮੈਂ ਵੀ ਚਲਾ ਲਵਾਂ ਮਾੜੀ ਜਹੀ ਇਹ ਜਦੋਂ ਬਾਬੇ ਇੱਕ ਗੋਲੀ ਰਹਿੰਦੀ ਹੈ ਵੀ ਮਾਰ ਕੇ ਆਪਾਂ ਇਹਦਾ ਕੰਮ ਨਿਬੇੜ ਦਈਏ। ਕੋਈ ਨਹੀਂ ਜੁਗਰ ਨੂੰ ਕੰਤਲ ਸਾਲੀ ਪੋਤਰੀ ਜੀ। ਉਹ ਤੇਰਾ ਭਾਇਆ ਖੁੱਲਿਆ ਨਹੀਂਗਾ ਇੱਥੋਂ। ਸੋ ਬਾਬੇ ਹੁਣ ਮੈਂ ਕੁਝ ਨਹੀਂ ਚਾਹੁੰਦਾ ਕਿ ਮੈਨੂੰ ਅਣਪਛਾਤਾ ਵਿਅਕਤੀ ਕੋਈ ਆ ਕੇ ਪਿੱਛੇ ਸੇ ਪਕੜੇ। ਓ ਯਾਰ ਆਜ ਆ ਨਾ ਫੜਾਇਆ ਜਾ ਕਰੋ ਪ੍ਰਭੂ ਬਾਬੇ ਬਸ This must be what Louis was talking about. ਕਹਿੰਦਾ ਲੂਈਸ ਇਹਦੇ ਬਾਰੇ ਗੱਲ ਕਰਦਾ ਸੀ ਮੈਨੂੰ ਲੱਗਦਾ ਬਾਬੇ ਕਿ ਹੈ ਗਿਆ ਸਾਲੇ ਇੱਥੇ ਸਾਲੇ ਸਮਾਨ ਤਾਂ ਨਹੀਂ ਕੋਈ ਪਿਆ ਬਾਬੇ ਮੋਰੇ ਡਿਮਾਂਡ ਪਿਆ ਡਿਮਾਂਡ ਹਾ ਯੈਲੋ ਹਰਬ ਯੇ ਯੈਲੋ ਹਰਬ ਮੁਝੇ ਦੇ ਦੇ ਚੱਚੇ क्राफ्ट विद येलो हर्ब माय गॉड गेम बहुत ही अच्छी जा रही है ओए परे होए पीपा पर नाम है ਬਾਬੇ ਗੇਮ ਜਿਆਦਾ ਲੰਬੀ ਤਾਂ ਨਹੀਂ ਹੋਈ ਜਾਂਦੀ ਫੇ ਕੱਟਣੀ ਪੈਣੀ ਆ ਫੇ ਬਾਬੇ ਇੱਕ ਕੱਟਣ ਦੇ ਕੱਟ ਦੇ ਨੂੰ ਡਰ ਵੀ ਬਹੁਤ ਲੱਗਦਾ ਆ ਚੱਲ ਟੂਆ ਮਾਰ ਥੜੀ ਪਤਾ ਨਹੀਂ ਕੀ ਲਿਖਦੇ ਰਹਿੰਦੇ ਆ ਬਾਬੇ ਇਹਦਾ ਪੜਨਾ ਚਾਹੀਦਾ ਮੈਨੂੰ ਕਿ ਨਹੀਂ ਪੜਨਾ ਚਾਹੀਦਾ ਮੈਂ ਸਮਾਰਟ ਹੀ ਵਾਲਾ ਉਦਾਂ ਤਾਂ ਮੈਨੂੰ ਲੋੜ ਹੀ ਨਹੀਂ ਪੈਂਦੀ ਪੜਨ ਦੀ ਸਾਲੋ ਚੁਕਾ ਦੋ ਕੁਛ ਆ ਕੀ ਆ ਉਹ ਬਾਬੇ ਕੀੜੀਆਂ ਜਈਆਂ ਉਹਦੇ ਵਿੱਚ ਮੈਂ ਖੈਰ ਕਰਨਾ ਦੇਖੋ ਕਹਿੰਦਾ ਪੌਸਟ ਰੀਡ ਜੋਰ ਸੇ ਉਹ ਕੀ ਹੁੰਦਾ ਸਰ ਉਹ ਬਾਬੇ ਇੰਟ ਆ ਕੇ ਆ ਗਿਆ ਮੈਨੂੰ ਲੱਗਦਾ ਇਹਦੇ ਨਾਲ ਫਾਈਟ ਹੋਣ ਲੱਗੀ ਆ ਜਾ ਕੱਟੇ ਕਹਿੰਦਾ ਤੁਸੀਂ ਸਾਡੇ ਘੇਰੇ ਦੇ ਵਿੱਚ ਆ ਗਏ ਆ ਕਹਿੰਦਾ ਮੇਰੀਆਂ ਬਲੇਸਿੰਗ ਤੁਹਾਡੇ ਤੇ ਆ ਪਤਾ ਨਹੀਂ ਕਿੰਨੀ ਗੰਦੀ ਗਰੀਜੀ ਬੋਲਦਾ ਥਾਲਾ ਮੈਂ ਸੁਣ ਲੈਂਦਾ ਉਹ ਨੰਗਾ ਨਾ ਹੋ ਜੀ ਕਹਿੰਦਾ ਵੈਲਕਮ ਮਾਈ ਚਿਲड्रन ਤੇਰੀ ਭੈਣ ਨੂੰ ਮੂੰਹ ਤੇ ਮਾਰੇ ਥਾਲੇ ਦੇ ਟਡੂਕਾ ਕਹਿੰਦਾ ਮੇਰਾ ਨਾਮ ਉਸਮੈਂਟ ਸੈਟਲਰ ਆ ਕਹਿੰਦਾ ਸਪੀਕਰ ਆਫ आवर ਲਾਰਡ ਕਹਿੰਦਾ ਆਪਣੇ ਲਾਰਡ ਦਾ ਸਪੀਕਰ ਆ ਮੈਂ ਕਹਿੰਦਾ ਸਾਲਿਆ ਅਸੀਂ ਸ਼ਿਟ ਨਹੀਂ ਦਿੰਦੇ ਤੈਨੂੰ ਬੱਬੇ ਸਿੱਧੀ ਟਕਾਤੀ ਝੋਟੇ ਬਗਦੁੱਲੇ ਨੇ ਡਰਦਾ ਕਦੇ ਕਹਿੰਦਾ ਸਾਲਿਆ ਫੂਲੀਸ਼ ਬੱਕਰੀ ਕਹਿੰਦੀ ਬਾਈ ਵੀ ਜੁੜ ਰਿਹਾ ਕਰ ਲਿਆ ਸਾਲਿਆ ਕੋਡਾ ਆਉਨੇ ਓਏ ਕਹਿੰਦੇ ਅਬੈਂਡਨ ਯੋਰ ਬਾਡੀ ਵਾਟ ਦਾ ਫੱਕ ਆਰ ਟਾਕਿੰਗ ਅਬਾਊਟ ਕਹਿੰਦੀ ਆਪਣੇ ਅਬੇ ਦੀ ਵੌਇਸ ਆਫ ਹਾਪਰ ਲਾਰਡ ਉਹ ਬਾਬੇ ਉਹਦੀ ਤਾਂ ਨਾੜਾ ਕੱਢਤੀਆਂ ਇਹਦੀ ਪੈਣ ਨੂੰ ਕਹਿੰਦੀ ਨੋ ਉਹ ਬਾਬੇ ਉਹਦੇ ਤੋਂ ਗੋਲੀ ਬਜਵਾ ਦੋ ਉਹ ਕੋਈ ਨਹੀਂ ਬਗਦੁੱਲੇ ਦੀ ਛਾਤੀ ਬਾਬੇ ਸੀਮੈਂਟ ਦੀਆਂ ਬੂਝਾ ਸੀਮੈਂਟ ਦੀ ਬੜੀਓ ਮੈਂ ਕਿਹਾ ਟੁੱਟੇ ਨਹੀਂ ਸਕਦੀ ਗੋਲੀਆਂ ਆਰ ਪਾਰ ਨਹੀਂ ਹੋ ਸਕਦੀਆਂ ਸਟਿੰਗਲੀ ਛੱਡ ਜਾ ਉਹ ਬਚ ਗਿਆ ਛੱਡ ਜਾ ਛਾਲੀਏ ਸਿਰ ਤੇ ਨਾ ਵਾਰੀ ਸਿਰ ਤੇ ਲੰਗ ਜਾਣੀ ਆ ਹੋਰ ਇੱਥੇ ਮਰਜੀ ਮਾਰਨਾ ਉਹ ਬੇ ਬਚ ਗਈ ਚੱਲੀ ਨਹੀਂ ਬੱਟ ਨਹੀਂ ਉਹ ਬੱਟ ਗਈ ਥੜੇ ਬੱਟ ਗਈ ਸ਼ੁਕਰ ਗੋਲੀਆਂ ਮੋਗੀਆਂ ਕੈਂਦੀ ਪ੍ਰੇ ਰਿਫੋਰਗੇਵ ਦੀ ਵਿਕਟਸ ਨੇ ਕੈਂਦੀ ਮੈਂ ਕਹਿੰਦਾ ਮੇਰਾ ਸ਼ਿਸ਼ਿਆ ਤੈਨੂੰ ਡਿਲੀਵਰ ਕਰ ਦੂਗਾ ਕਹਿੰਦਾ ਕਿਤੇ ਕਹਿੰਦਾ ਚਾਈਲਡ ਕੈਂਦੀ ਟੈਨਸ਼ਨ ਲੈਣ ਦੀ ਕਹਿੰਦਾ ਚਾਈਲਡ ਲੋੜ ਨਹੀਂ ਕਹਿੰਦੀ ਤੁਸੀਂ ਆਪਣੀ ਬਾਡੀ ਸਾਡੇ ਹਵਾਲੇ ਕਰ ਦੋ ਬਾਬੇ ਉਹਦੀ ਤਾਂ ਛੜੀਆਂ 'ਚ ਵੀ ਅੱਖਾਂ ਆ ਜਾ ਥੜੇ ਜਾ ਨਾ ਲੜ ਮੇਰੇ ਨਾਲ ਬਾਬੇ ਆ ਕਿਦਾਂ ਜਨਾਨੀਆਂ ਤੋਰੀਆਂ ਨਾਲ ਉਹ ਠੀਕ ਆ ਭਰਾਵਾ ਤੂੰ ਬਾਬੇ ਹੋਰੇ ਤਾਂ ਐਸ ਵੇਲੇ ਇਦਾਂ ਦਾ ਮੂੰਹ ਬਣਾਇਆ ਜਿੱਦਾ ਪ੍ਰੈਸ਼ਰ ਪਿਆ ਆ ਹੁੰਦਾ ਓਹ ਹੋ ਹੋ ਸ਼ੁਕਰ ਹੈ ਸ਼ੁਕਰ ਹੈ ਜਿੱਦਾਂ ਬਾਬੇ ਬੰਦਾ ਐ ਗੰਦੇ ਜਿਹੇ ਬਾਥਰੂਮ ਦੇ ਬਾਥਰੂਮ ਹੀ ਕੰਨ ਜਾਂਦਾ ਇਹਦਾ ਨੱਕ ਰੋਕ ਕੇ ਰੋਵੇ ਉਧਰੋਂ ਸਾਲਾ ਬੰਦਾ ਅਨਸਾਰ ਹੋ ਕੇ ਖੜਾ ਤਾਂ ਥੱਲੇ ਬਾਥਰੂਮ ਨਹੀਂ ਰੋਕਦਾ ਹੁੰਦਾ ਆ ਤਾਂ ਬੋਲਟੇ ਬਚਾ ਗਈ ਉਹਨੂੰ ਮੈਪ ਅਪਡੇਟਡ ਯੂ ਬੈਸਟ ਐਕਸਕਿਊਜ਼ ਮੀ ਸੋ ਲੌਬੀ ਮੇਂ ਤਰੋ ਆਸੇਗਾ ਆਪਣਾ ਅੱਜ ਦਾ ਗੇਮਪਲੇ ਬਾਜੀ ਅਗਲਾ ਗੇਮਪਲੇ ਬਹੁਤ ਛੇਤੀ ਹੋਗਾ ਮੈਂ ਖਾ ਫੱਟੇ ਚੱਕਰਾਂ ਤੁਸੀਂ ਟੈਨਸ਼ਨ ਨਹੀਂ ਮਿਲਦੇ ਹਾਂ ਉਦੋਂ ਤੱਕ ਲਈ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਜ਼ਰੂਰ ਕਰੋ ਯਾਰ ਆਪਣੇ ਆਲੇ ਦੋਲੇ ਦੇ ਬੰਦੇ ਆ ਰਾ ਕਿਉਂਕਿ ਗ੍ਰੋਥ ਨਹੀਂ ਹੋ ਰਹੀ ਗ੍ਰੋਥ ਰੁਕ ਗਈ ਹੈ ਸੋ ਠੀਕ ਹੈ ਮਿੱਤਰੋ ਮਿਲਦੇ ਹਾਂ ਬਹੁਤ ਛੇਤੀ ਉਦੋਂ ਤੱਕ ਲਈ ਬਾਏ ਬਾਏ ਮੇਰੇ ਵੀਰੋ